ਛੱਡੇ ਬੰਦ ਬੰਦ ਕਟਵਾਏ ਤਾਂ ਖਾਲਸੇ ਨੇ ਹੋਈ ਟਾਇਟੀਆਂ ਮਿੱਝ ਦਾ ਲਾਗਾਰਾ ਇੱਟਾਂ ਹੱਡੀਆਂ ਮਿੱਝ ਦਾ ਲਾਗਾਰਾ ਕੌਮੀ ਮਹਿਲ ਬਣਾਏ ਤਾਂ ਖਾਲਸੇ ਨੇ ਸ਼ਾਨ ਖਾਲਸੇ ਦੀ ਉੱਚੀ ਜੱਗ ਨਾਲੋਂ ਸੀਸ ਤਲੀ ਟਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ ਅਟਕ ਜਿਹੇ ਅਟਕਾਏ ਤਾਂ ਖਾਲਸੇ ਨੇ ਅਟਕ ਜਿਹੇ ਅਟਕਾਏ ਤਾਂ ਖਾਲਸੇ ਨੇ ਹੱਸ ਹੱਸ ਕੇ ਤੇ ਮੁੱਖੋਂ ਦੱਸ ਦੱਸ ਕੇ ਹੱਸ ਹੱਸ ਕੇ ਤੇ ਮੁੱਖੋਂ ਦੱਸ ਦੱਸ ਕੇ ਰਣ ਵੈਰੀ ਨੂੰ ਵੰਗਾਰਦਾ ਅਣਖਿਆਣ ਤੇ ਧਰਮੀ ਉੱਤੋਂ ਖਾਲਸਾ ਹੱਸ ਹੱਸ ਜਾਣਾ ਵਾਰਦਾ ਵਾਰਦਾ ਹੱਸ ਹੱਸ ਜਾਣਾ ਵਾਰਦਾ
ਮੁੱਢਲਾ ਚ ਵਸਦਾ ਚੇਰੇ ਸ਼ਾਈ ਨਾ ਉਦਾਸੀ ਰਿਹਾ ਹੱਸਦਾ ਘਰ ਛੱਡ ਕੇ ਇਸ ਜੰਗਲਾਂ ਚ ਵਸਦਾ ਚੇਰੇ ਛਾਈ ਨਾ ਉਦਾਸ ਰਿਹਾ ਹੱਸਦਾ ਘਰ ਛੱਡ ਕੇ ਤੇ ਜੰਗਲਾਂ ਚ ਵਸਦਾ ਚੇਰੇ ਛਾਈ ਨਾ ਉਦਾਸ ਰਿਹਾ ਹੱਸਦਾ ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ ਉੱਚੀ ਉੱਚੀ ਨਾਰੇ ਮਾਰਦਾ ਅਣਖਿਆਣ ਤੇ ਧਰਮ ਉੱਤੇ ਖਾਲਸਾ ਹੱਸ ਹੱਸ ਜਨ ਵਾਰਦਾ ਵਾਰਦਾ ਹੱਸ ਹੱਸ ਜਨ ਵਾਰਦਾ ਵਾਰਦਾ ਹੱਸ ਹੱਸ ਜਨ ਵਾਰਦਾ ਹੋ ਹੋ ਵਾਹਿਗੁਰੂ ਵਾਹਿਗੁਰੂ ਵਾਜਖੋਲ ਸ਼ਰਪ ਨਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਤਿਗੁਰੂ ਜੁਗੋ ਜੋਗੇ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਤੇ ਮੁਬਾਰਕ ਚਰਨਾਂ ਦੇ ਅੰਦਰ ਸੁਭਾਇਮਾਨ ਹੋ ਕੇ ਹੋਲੇ ਮਹੱਲੇ ਦੇ ਆਖਰੀ ਦੀਵਾਨ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਸਫਲਿਆਂ ਕਰਨ ਦਾ ਜੀਵਨ ਕਰਨ ਦਾ ਯਤਨ ਕਰ ਰਹੀ ਗੁਰੂ ਕੀ ਸਨਮਾਨਯੋਗ ਸੰਗਤ ਆਓ ਇੱਕ ਵਾਰ ਸਾਰੀ ਸੰਗਤ ਸੀਸ ਝੁਕਾਓ ਅਤੇ ਰਸਨਾ ਨੂੰ ਪਵਿੱਤਰ ਕਰੋ ਵੱਢ ਭਾਗੇ ਹੋ ਬੜੇ ਅਦਬ ਤੇ ਸਤਿਕਾਰ ਸਹਿਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਫਤਿਹ ਦੀ ਅਸੀਸ ਦਾਸਰਿਆਂ ਦੀ ਝੋਲੀ ਅੰਦਰ ਚੜ੍ਹਦੀ ਕਲਾ ਦੇ ਨਾਲ ਪਾ ਕੇ ਸਟੇਜ ਵੱਲੋਂ ਨਿਯਤ ਕੀਤੇ ਹੋਏ ਸਮੇਂ ਅੰਦਰ ਕੁਝ ਗੁਰਮਤਿ ਵਿਚਾਰਾਂ ਦੀ ਸਾਂਝ ਮੈਂ ਤੁਹਾਡੇ ਨਾਲ ਪਾ ਸਕਾਂ ਇਹ ਆਗਿਆ ਬਖਸ਼ੋ ਜਿਤਨੀ ਵੀ ਸੰਗਤ ਸਤਿਗੁਰਾਂ ਦੇ ਦਰਬਾਰ ਅੰਦਰ ਜੁੜ ਕੇ ਬੈਠੀਏ ਆਓ ਸਰਬੱਤਰ ਮਾਈ ਭਾਈ ਸਾਹਿਬ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਇਹ ਉਹ ਮਹਾਨ ਸੰਪਰਦਾ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਪੰਜਾਬ ਅਤੇ ਪੰਜਾਬ ਤੋਂ ਬਾਹਰ ਇੱਥੋਂ ਤੱਕ ਪੂਰੇ ਹਿੰਦੁਸਤਾਨ ਦੇ ਅੰਦਰ ਵੱਡੀਆਂ ਸੇਵਾਵਾਂ ਕਰਕੇ ਗੁਰਧਾਮਾਂ ਦੀ ਉਸਾਰੀ ਕੀਤੀ ਚੰਗੇ ਚੰਗੇ ਕਾਲਜ ਚੰਗੀਆਂ ਚੰਗੀਆਂ ਯੂਨੀਵਰਸਿਟੀਆਂ ਮਹਾਂਪੁਰਸ਼ਾਂ ਨੇ ਬਣਵਾਈਆਂ ਮੇਰੇ ਕਹਿਣ ਤੋਂ ਮੁਰਾਦ ਬਹੁਤ ਹੀ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਸਤਿਕਾਰਯੋਗ ਬਾਬਾ ਗੁਰਜੰਟ ਸਿੰਘ ਜੀ ਜਿਹੜੇ ਇੱਥੇ ਜਥੇਦਾਰ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ ਅਤੇ ਹਰ ਆਏ ਗਏ ਦੇ ਨਾਲ ਦਿਲੋਂ ਮੁਹੱਬਤ ਅਤੇ ਸਨੇਹ ਕਰਦੇ ਨੇ ਉੱਥੇ ਧੰਨਵਾਦ ਕਰਦਾ ਹਾਂ ਗਿਆਨੀ ਸੁਖਵਿੰਦਰ ਸਿੰਘ ਜੀ ਐੱਮ ਏ ਸਾਹਿਬ ਦਾ ਜਿਹੜੇ ਸਟੇਜ ਦੀ ਸੇਵਾ ਬਾਖੂਬੀ ਨਿਭਾ ਰਹੇ ਨੇ ਅਤੇ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਪਰਸੋਂ ਦੇ ਰੋਜ਼ ਤੋਂ ਲਗਾਤਾਰ ਅਸੀਂ ਵੇਖਿਆ ਕਿ ਜਦੋਂ ਵੀ ਅਸੀਂ ਸਟੇਜ ਉੱਤੇ ਆਏ ਹਾਂ ਸੰਗਤ ਇਹਦੇ ਨਾਲੋਂ ਘਟੀ ਨਹੀਂ ਇਹਦੇ ਨਾਲੋਂ ਵੱਧ ਕੇ ਆਉਂਦੀ ਰਹੀ ਹੈ ਪਰਸੋਂ ਵੀ ਦੀਵਾਨ ਸੀ ਜਦੋਂ ਪਹਿਲਾ ਦੀਵਾਨ ਸੱਜਿਆ ਸੰਗਤ ਇੰਨੀ ਬੈਠੀ ਸੀ ਰਾਤ ਦਾ ਦੀਵਾਨ ਸੀ ਕੱਲ੍ਹ ਦਿਨ ਦਾ ਕੱਲ੍ਹ ਰਾਤ ਦਾ ਅਤੇ ਅੱਜ ਦਾ ਦੀਵਾਨ ਹੈ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੇ ਦਰਬਾਰ ਅੰਦਰ ਜੁੜ ਕੇ ਬੈਠੇ ਹੋ ਅਰਦਾਸ ਕਰਾਂ ਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਿਵਾਜਣ ਮੈਂ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਰਣਜੀਤ ਸਿੰਘ ਜੀ ਮਿਲਕ ਦੇ ਲਾਗੇ ਇਹਨਾਂ ਦਾ ਨਗਰ ਹੈ ਮਹਾਂਪੁਰਸ਼ਾਂ ਦੀ ਯਾਦ ਅੰਦਰ ਸਾਰੇ ਭਰਾਵਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਬਹੁਤ ਵੱਡਾ ਸਮਾਗਮ ਹਰ ਸਾਲ ਆਪਣੇ ਗ੍ਰਹਿ ਵਿਖੇ ਕਰਵਾਇਆ ਜਾਂਦਾ ਹੈ ਉੱਚ ਕੋਟੀ ਦੇ ਬੁਲਾਰੇ ਉੱਥੇ ਹਾਜ਼ਰੀਆਂ ਭਰਦੇ ਨੇ ਦਾਸ ਨੂੰ ਵੀ ਮੌਕਾ ਮਿਲਿਆ ਦੋ ਵਾਰ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਕੀ ਸੰਗਤ ਦੇ ਦਰਸ਼ਨ ਦਿਦਾਰੇ ਕਰਨ ਦਾ ਰਾਤ ਦੇ ਦੀਵਾਨਾਂ ਅੰਦਰ ਵੀ ਬੇਹੱਦ ਮਾਣ ਅਤੇ ਸਨਮਾਨ ਦੇ ਕੇ ਉਹਨਾਂ ਨੇ ਨਿਵਾਜਿਆ ਸੀ ਮੈਂ ਹਾਰਦਿਕ ਤੌਰ 'ਤੇ ਉਹਨਾਂ ਨੂੰ ਜੀਓ ਆਇਆ ਆਖਦਾ ਹਾਂ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਮਾਂ ਬਹੁਤ ਕੀਮਤੀ ਹੈ ਮੈਂ ਨਹੀਂ ਚਾਹੁੰਦਾ ਮੇਰਾ ਕੀਮਤੀ ਸਮਾਂ ਇੱਧਰ ਉੱਧਰ ਦੀਆਂ ਵਿਚਾਰਾਂ 'ਚ ਨਿਕਲ ਜਾਵੇ ਜਿਸ ਪ੍ਰਸੰਗ ਦੀ ਲੜੀ ਨੂੰ ਤੁਹਾਡੇ ਸਾਹਮਣੇ ਸ਼ੁਰੂ ਕਰਨ ਦਾ ਯਤਨ ਕਰਾਂਗਾ ਕਿ ਠੀਕ 3:15 ਵਜੇ ਤੱਕ ਉਹਦਾ ਰਿਜ਼ਲਟ ਵੀ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਕੇ ਆਪ ਜੀ ਦੇ ਪਾਸੋਂ ਖੁਸ਼ੀਆਂ ਲੈ ਲਵਾਂ ਆਓ ਇੱਕ ਵਾਰ ਸਾਰੀ ਸੰਗਤ ਚੜ੍ਹਦੀ ਕਲਾ ਦੇ ਨਾਲ ਸੀਸ ਝੁਕਾ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਆਪਣੀ ਮਨ ਬਿਰਤੀ ਇਕਾਗਰ ਕਰਕੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮੁਬਾਰਕ ਧਰਤੀ 'ਤੇ ਲੈ ਕੇ ਚੱਲੋ ਦੋ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਕੇਸ ਕੱਟੇ ਹੋਏ ਨੇ ਹੱਥਾਂ ਦੇ ਵਿੱਚ ਫੜੇ ਹੋਏ ਭੀਖ ਮੰਗਣ ਵਾਲੇ ਠੂਠੇ ਗਲਾਂ ਦੇ ਵਿੱਚ ਪਾਏ ਹੋਏ ਭਗਵੇ ਰੰਗ ਦੇ ਕੱਪੜੇ ਉਹ ਦੋਵੇਂ ਭਰਾ ਦਰਬਾਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਭੀਖ ਮੰਗਦੇ ਫਿਰਦੇ ਨੇ ਕਦੀ ਕਿਸੇ ਅੱਗੇ ਜਾ ਕੇ ਆਪਣੇ ਭਾਂਡੇ ਖੜਕਾਉਂਦੇ ਨੇ ਕਦੀ ਕਿਸੇ ਅੱਗੇ ਜਾ ਕੇ ਭਾਂਡੇ ਖੜਕਾਉਂਦੇ ਨੇ ਆਖਿਰਕਾਰ ਉਹ ਇੱਦਾਂ ਕਰਦਿਆਂ ਕਰਦਿਆਂ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਵਾਰ ਜਿੱਥੇ ਸੰਗਲ ਵਾਲਾ ਅਖਾੜਾ ਹੈ ਤੁਸੀਂ ਆਖੋਗੇ ਇਹ ਕਿੱਥੇ ਕਹਿ ਤੁਸੀਂ ਦਰਬਾਰ ਸਾਹਿਬ ਜਾਓ
ਜਿੱਥੇ ਦੋਵੇਂ ਨਿਸ਼ਾਨ ਸਾਹਿਬ ਲੱਗੇ ਨੇ, ਦੋਵਾਂ ਨਿਸ਼ਾਨ ਸਾਹਿਬਾਂ ਦੇ ਠੀਕ ਵਿਚਕਾਰ ਪੌੜੀਆਂ ਚੜ੍ਹਦੀਆਂ ਨੇ। ਜਦੋਂ ਪੌੜੀਆਂ ਚੜ੍ਹ ਕੇ ਬਾਹਰ ਆ ਜਾਈਏ ਤੇ ਅਗਲੇ ਬੰਨੇ ਨਵਾਂ ਜੋੜਾ ਘਰ ਬਣਿਆ, ਜਿਹੜੇ ਨਵੇਂ ਨਵੇਂ ਗਏ ਨੇ ਉਹਨਾਂ ਨੂੰ ਪਤਾ ਹੋਵੇਗਾ। ਜਦੋਂ ਬਾਹਰ ਨਿਕਲ ਜਾਂਦੇ ਹਾਂ, ਸਾਹਮਣੇ ਉਦਾਸੀ ਸਾਧੂਆਂ ਦਾ ਇੱਕ ਬਹੁਤ ਵੱਡਾ ਅਖਾੜਾ ਹੈ, ਉਹਦੇ ਬਾਹਰ ਵਾਲ ਇੱਕ ਸੰਗਲ ਲਮਕਦਾ ਹੈ, ਉਹਨੂੰ ਇਸ ਕਰਕੇ ਸੰਗਲ ਵਾਲਾ ਅਖਾੜਾ ਕਹਿੰਦੇ ਨੇ। ਉਹ ਦੋਵੇਂ ਬੱਚੇ ਇੱਥੋਂ ਤੱਕ ਭੀਖ ਮੰਗਦਿਆਂ ਮੰਗਦਿਆਂ ਪਹੁੰਚੇ, ਸਾਹਮਣੇ ਚਾਹ ਵਾਲੀ ਦੁਕਾਨ ਉੱਤੇ ਦਰਬਾਰ ਸਾਹਿਬ ਦਾ ਇੱਕ ਹਜ਼ੂਰੀ ਰਾਗੀ ਜਥਾ ਬੈਠਾ ਚਾਹ ਪੀਂਦਾ ਹੈ। ਇੱਕ ਦਾ ਨਾਂ ਗਿਆਨੀ ਚੈਂਚਲ ਸਿੰਘ ਅਤੇ ਇੱਕ ਦਾ ਨਾਂ ਗਿਆਨੀ ਸ਼ਾਂਗਾ ਸਿੰਘ। ਗਿਆਨੀ ਚੈਂਚਲ ਸਿੰਘ ਨਾਲੇ ਤੇ ਚਾਹ ਪੀਵੇ ਅਤੇ ਨਾਲੇ ਗਿਆਨੀ ਸ਼ਾਂਗਾ ਸਿੰਘ ਨੂੰ ਕਹਿੰਦਾ, ਗਿਆਨੀ ਜੀ ਆਓ, ਜਿਹੜੇ ਬੱਚੇ ਭੀਖ ਮੰਗਦੇ ਆ ਮੈਨੂੰ ਇਹੋ ਜਾਪਦਾ ਬੱਚੇ ਮੇਰੀ ਜਾਣ ਪਛਾਣ ਵਾਲੇ ਨੇ, ਪਛਾਣ 'ਚ ਤਾਂ ਨਹੀਂ ਆ ਰਹੇ ਪਰ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਇਹ ਬੱਚੇ ਭਿਖਾਰੀ ਨਹੀਂ ਹੈਗੇ, ਇਹ ਬੱਚੇ ਭਿਖਾਰੀ ਬਣਾਏ ਗਏ ਨੇ। ਅੱਜ ਵੀ ਤੁਸੀਂ ਸੜਕਾਂ 'ਤੇ ਜਾਂਦੇ ਹੋ, ਵੱਡੇ ਵੱਡੇ ਸ਼ਹਿਰਾਂ 'ਚ ਜਾਓ, ਤੁਸੀਂ ਗੱਡੀ ਕਿਸੇ ਚੌਂਕ ਦੇ ਵਿੱਚ ਖਿਲਾਰਦੇ ਹੋ, ਤੁਹਾਡੇ ਅੱਗੇ ਆ ਕੇ ਕੁਝ ਬੱਚੇ ਭੀਖ ਮੰਗਣ ਲੱਗ ਪੈਂਦੇ ਨੇ। ਸਰਵੇ ਨੇ ਸਾਬਤ ਕੀਤਾ ਹੈ ਉਹਦੇ ਵਿੱਚੋਂ ਜੇ 100 ਬੱਚਾ ਆਉਂਦਾ ਹੈ ਤੇ 98 ਬੱਚੇ ਉਹ ਨੇ ਜਿਹੜੇ ਘਰਾਂ ਤੋਂ ਚੁੱਕੇ ਗਏ ਨੇ, ਮੇਲਿਆਂ 'ਚੋਂ ਚੁੱਕੇ ਗਏ ਨੇ, ਬਾਜ਼ਾਰਾਂ 'ਚੋਂ ਚੁੱਕੇ ਗਏ ਨੇ। ਇੱਕ ਬੜਾ ਵੱਡਾ ਗੈਂਗ ਉਹਦੇ ਮਗਰ ਕੰਮ ਕਰਦਾ ਹੈ। ਉਹ ਬੱਚੇ ਤੁਹਾਡੇ ਕੋਲੋਂ ਧੇਲੀ ਧੇਲੀ ਮੰਗ ਕੇ, ਰੁਪਈਆ ਰੁਪਈਆ ਮੰਗ ਕੇ ਸ਼ਾਮਾਂ ਨੂੰ ਉਹਨਾਂ ਨੂੰ ਦਿੰਦੇ ਨੇ ਜਿਹਨਾਂ ਬੱਚੇ ਨੇ ਚੁੱਕ ਕੇ ਲਿਆਉਂਦੇ ਹੁੰਦੇ ਨੇ, ਜਿਹਨਾਂ ਬੱਚਿਆਂ ਨੂੰ ਘਰਾਂ ਤੋਂ ਗਾਇਬ ਕੀਤਾ ਹੁੰਦਾ ਹੈ। ਭਿਖਾਰੀ ਨਹੀਂ ਹੁੰਦੇ ਸਾਰੇ। ਗਿਆਨੀ ਚੈਂਚਲ ਸਿੰਘ ਕਹਿੰਦਾ ਮੈਨੂੰ ਇਉਂ ਜਾਪਦਾ ਹੈ ਇਹ ਬੱਚੇ ਮੇਰੇ ਆਪਣਿਆਂ ਵਿੱਚੋਂ ਨੇ। ਗਿਆਨੀ ਚੈਂਚਲ ਸਿੰਘ ਦੀ ਚਾਹ ਖਤਮ ਹੋਈ, ਉਹ ਚਾਹ ਵਾਲੀ ਦੁਕਾਨ ਤੋਂ ਬਾਹਰ ਆਇਆ ਤੇ ਦੋਵਾਂ ਬੱਚਿਆਂ ਦੇ ਕੋਲ ਆ ਗਿਆ। ਬੱਚਿਆਂ ਵੱਲ ਵੇਖ ਕੇ ਕਹਿੰਦਾ ਜੇ ਮੈਂ ਗਲਤ ਨਾ ਹੋਵਾਂ ਤੇ ਤੁਸੀਂ ਦੋਵੇਂ ਜਾਣੇ ਟਹਿਲ ਸਿੰਘ ਦੇ ਮੁੰਡੇ ਤੇ ਨਹੀਂ, ਜਿਹੜਾ ਉਪਲੀ ਦੇ ਫਾਟਕ ਉੱਤੇ ਗੇਟਮੈਨ ਦੀ ਨੌਕਰੀ ਕਰਦਾ, ਉਪਲੀ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ। ਕਹਿੰਦਾ ਜੇ ਮੈਂ ਗਲਤ ਨਹੀਂ ਤੇ ਤੁਸੀਂ ਟਹਿਲ ਸਿੰਘ ਦੇ ਮੁੰਡੇ ਤੇ ਨਹੀਂ। ਬੱਚਿਆਂ ਦੀ ਅੱਖਾਂ ਵਿੱਚ ਚਮਕ ਆਈ, ਉਹਨਾਂ ਆਖਿਆ ਜੀ ਹਾਂ ਅਸੀਂ ਟਹਿਲ ਸਿੰਘ ਦੇ ਮੁੰਡੇ ਹਾਂ, ਤੇਰਾ ਨਾਂ ਸਾਧੂ ਸਿੰਘ ਏ ਤੇ ਤੇਰਾ ਨਾਂ ਸ਼ੇਰ ਸਿੰਘ ਤੇ ਨਹੀਂ। ਬੱਚਿਆਂ ਨੇ ਆਖਿਆ ਹਾਂ ਮੇਰਾ ਨਾਂ ਸ਼ੇਰ ਸਿੰਘ ਏ, ਮੇਰਾ ਨਾਂ ਸਾਧੂ ਸਿੰਘ ਏ। ਤੇ ਗਿਆਨੀ ਚੈਂਚਲ ਸਿੰਘ ਕਹਿੰਦਾ ਭੀਖ ਕਿਉਂ ਮੰਗਦੇ ਜੇ, ਬਾਪੂ ਕਿੱਥੇ ਤੁਹਾਡਾ, ਕੇਸ ਕਿੰਨੇ ਕਤਲ ਕੀਤੇ ਨੇ, ਆ ਹੱਥਾਂ 'ਚ ਠੂਠੇ ਕਿਹੜੀ ਗੱਲੋਂ ਫੜੇ ਨੇ। ਤੇ ਗਿਆਨੀ ਚੈਂਚਲ ਸਿੰਘ ਵੱਲ ਵੇਖ ਕੇ ਉਹਨਾਂ ਦੋਵਾਂ ਬੱਚਿਆਂ ਨੇ ਆਖਿਆ ਗਿਆਨੀ ਜੀ ਸਾਡਾ ਬਾਪੂ ਸਾਨੂੰ ਦਰਬਾਰ ਸਾਹਿਬ ਮੱਥਾ ਟਿਕਾਉਣ ਵਾਸਤੇ ਲਿਆ ਰਿਹਾ ਸੀ, ਰਾਹ ਦੇ ਵਿੱਚ ਸਾਡਾ ਬਾਪੂ ਬਿਮਾਰ ਹੋ ਗਿਆ, ਇੱਕ ਸਾਧੂ ਧੋਖੇ ਦੇ ਨਾਲ ਸਾਡੇ ਬਾਪੂ ਨੂੰ ਆਪਣੇ ਡੇਰੇ 'ਚ ਲੈ ਗਿਆ ਹੈ, ਉੱਥੇ ਜਾ ਕੇ ਸਾਡੇ ਕੇਸ ਕਤਲ ਕਰ ਦਿੱਤੇ ਨੇ, ਸਾਡੇ ਗਲਾਂ 'ਚ ਭਗਵੇ ਰੰਗ ਦੇ ਕੱਪੜੇ ਪਾ ਕੇ ਸਾਨੂੰ ਭੀਖ ਮੰਗਣ ਵਾਸਤੇ ਤੋਰ ਦਿੱਤਾ ਹੈ, ਅਸਲ ਵਿੱਚ ਸਾਡਾ ਬਾਪੂ ਆਓ ਜਿਹੜਾ ਲੁੱਕ ਕੇ ਸਾਧੂ ਸਾਡੇ ਵੱਲ ਵੇਖ ਰਿਹਾ ਹੈ ਉਸ ਬਾਪੂ ਦੇ ਡੇਰੇ, ਉੱਥੇ ਡੇਰੇ ਦੇ ਵਿੱਚ ਸਾਡਾ ਬਾਪੂ ਹੈ। ਗਿਆਨੀ ਚੈਂਚਲ ਸਿੰਘ ਉਸ ਡੇਰੇ ਅੰਦਰ ਆਇਆ, ਕੀ ਵੇਖਦਾ ਹੈ, ਜਾਂਦਿਆਂ ਨੂੰ ਡੇਰਾ ਸਾਰਾ ਜਾ ਚੁੱਕਾ ਸੀ, ਟਹਿਲ ਸਿੰਘ ਮੰਜੇ 'ਤੇ ਲੰਮਾ ਪਿਆ ਸੀ। ਗਿਆਨੀ ਚੈਂਚਲ ਸਿੰਘ ਨੇ ਟਾਂਗਾ ਕਿਰਾਏ 'ਤੇ ਕਰਕੇ ਉਸ ਸਰਦਾਰ ਟਹਿਲ ਸਿੰਘ ਨੂੰ ਸਰਕਾਰੀ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਪਹੁੰਚਾ ਦਿੱਤਾ। ਜਿਹੜਾ ਡਿਊਟੀ 'ਤੇ ਡਾਕਟਰ ਹੈ ਉਹਦਾ ਨਾਂ ਹੈ ਸਰੂਪ ਸਿੰਘ, ਉਹਨੇ ਮਰੀਜ਼ ਦੀ ਨਬਜ਼ ਫੜੀ, ਅੱਖਾਂ ਖੋਲ੍ਹ ਕੇ ਵੇਖੀਆਂ ਅਤੇ ਉਹਦਾ ਮੂੰਹ ਖੋਲ੍ਹ ਕੇ ਉਹਦੀ ਜ਼ੁਬਾਨ ਵੇਖੀ। ਤੁਹਾਡੇ 'ਚੋਂ ਕੋਈ ਡਾਕਟਰੀ ਪੇਸ਼ੇ ਵਾਲਾ ਵੀਰ ਬੈਠਾ ਹੋਵੇ, ਜ਼ੁਬਾਨ ਅਤੇ ਅੱਖਾਂ ਇਹ ਦੋ ਚੀਜ਼ਾਂ ਡਾਕਟਰ ਇਸ ਕਰਕੇ ਚੈੱਕ ਕਰਦਾ ਕਿ ਸਭ ਤੋਂ ਪਹਿਲਾਂ ਬਿਮਾਰੀ ਦੇ ਲੱਛਣ ਬੰਦੇ ਦੀ ਜ਼ੁਬਾਨ ਉੱਤੇ ਆਉਂਦੇ ਨੇ, ਅੱਖਾਂ ਦੇ ਵਿੱਚ ਆਉਂਦੇ ਨੇ। ਉਹਨੇ ਵੇਖ ਕੇ ਤੇ ਗਿਆਨੀ ਚੈਂਚਲ ਸਿੰਘ ਵੱਲ ਵੇਖਿਆ, ਕਹਿੰਦਾ ਗਿਆਨੀ ਜੀ ਇਹ ਬੰਦਾ ਬਚਾਉਣਾ ਮੁਸ਼ਕਲ ਜਾਪਦਾ ਹੈ, ਸਾਧੂਆਂ ਨੇ ਪਤਾ ਨਹੀਂ ਇਹਨੂੰ ਘੋਲ ਕੇ ਕੀ ਇਹੋ ਜਿਹਾ ਪਿਆ ਦਿੱਤਾ ਹੈ, ਮੇਰੀ ਸਮਝ ਤੋਂ ਬਾਹਰ ਵਾਰ ਹੈ, ਕਿਸਮਤ ਹੋਈ ਤੇ ਬਚ ਜਾਣਾ ਪਰ ਇਹਦੇ ਬਚਣ ਦਾ ਕੋਈ ਚਾਂਸ ਜਾਪਦਾ ਨਹੀਂ। ਅਗਲਾ ਦਿਨ ਹੋਇਆ ਸਰਕਾਰੀ ਹਸਪਤਾਲ ਦੇ ਬੈੱਡ ਦੇ ਉੱਤੇ ਸਰਦਾਰ ਟਹਿਲ ਸਿੰਘ ਨੂੰ ਖੂਨ ਦੀ ਉਲਟੀ ਆਈ, ਉਹ ਇਸ ਦੁਨੀਆਂ ਤੋਂ ਚਲਾ ਗਿਆ। ਪਹਿਲਾਂ ਮਾਂ ਚਲੀ ਗਈ ਸੀ, ਪਿਓ ਨੇ ਸਾਂਭਿਆ ਸੀ, ਹੁਣ ਪਿਓ ਚਲਾ ਗਿਆ ਤੇ ਬੱਚਿਆਂ ਦੀ ਉਮਰ ਕਿੰਨੀ ਹੈ, ਇੱਕ ਦੀ ਉਮਰ ਹੈ 6 ਸਾਲ ਤੇ ਇੱਕ ਦੀ ਉਮਰ ਹੈ ਸਿਰਫ 5 ਸਾਲ। ਦੋਵੇਂ ਬੱਚੇ ਗਿਆਨੀ ਚੈਂਚਲ ਸਿੰਘ ਨੂੰ ਚੰਬੜ ਕੇ ਕਹਿੰਦੇ ਚਾਚਾ ਜੀ ਪਹਿਲਾਂ ਸਾਡੀ ਮਾਂ ਚਲੀ ਗਈ, ਸਾਡੇ ਬਾਪ ਨੇ ਸਾਨੂੰ ਸਾਂਭਿਆ, ਹੁਣ ਸਾਡਾ ਬਾਪ ਚਲਾ ਗਿਆ ਹੈ, ਕੁਦਰਤ ਨੇ ਧੋਖਾ ਕੀਤਾ ਹੈ, ਸਾਨੂੰ ਵੀ ਨਾਲ ਲੈ ਜਾਂਦਾ, ਮਾਂ ਬਾਪ ਤੋਂ ਬਿਨਾਂ ਜ਼ਿੰਦਗੀ ਕਿੱਦਾਂ ਜੀ ਕੇ ਵਿਖਾਵਾਂਗੇ। ਸੱਚ ਹੈ ਸਾਧ ਸੰਗਤ, ਬਾਪ ਮਰੇ ਤਾਂ ਸਿਰ ਤੋਂ ਛਤਰੀ ਉੱਠੇ, ਵਾਹ ਵਾਹ, ਮਾਂ ਮਰੇ ਤਾਂ ਸੁਨਾ ਜਹਾਂ।
भाई मरन ते जांदियां भज पावां पुत्र मरन ता खत्म निशान होवे पति मरे ता औरत दा राज खुसे हो पति मरे ता औरत दा राज खुसे औरत मरे ता शक्की इंसान होवे कोमल रब दे अगे अरदास हो सुखी वसे ना जग वीरान होवे सुखी वसे ना जग वरान होवे। ज्ञानी चंचल सिंह ने वो दोवें बच्चे लाए ते जतीम खाने च लै आंदे। उदों अमृतसर का जतीम खाना अजे नवा नवा खुला सी। जतीम खाने के प्रबंधकों ने आखा जी मुंडे रखते लैने आ पर बच्चों के केस कतल ने, जे बच्चे केस रखन वास्ते तैयार ने असी बच्चे रख लैने आ। उन्हां बच्चों ने आखा जी केस रखांगे। एक हफ्ते बाद जतीम खाने के मुंडे अमृत छकन वास्ते श्री अकाल तख्त साहब आए। उन्हां विच दोवें भरा भी आए सी जिहड़े एक हफ्ते पहला जतीम खाने च भर्ती होए सी ते जिन्हां दा मां बाप दुनिया तो जा चुका सी। वड्डे दा नां सी साधु सिंह। उन्हें पंजां प्यारां दे पासों अमृत छकिया ते पंजां प्यारां कोल इक पावर है, वह बंदे दा नां बदल सकदे ने। उन्होंने साधु सिंह तो नां बदल के उहदा नां रख दिता मुक्ता सिंह। वारी आई छोटे भरा दी, इहदा नां है शेर सिंह। पंजां प्यारियां ने जिहड़ा नां बदल के उहदा रखिया वह नां मेरे आउण वाले अद्धे घंटे विच मेरी कहानी दा पात्र है ते उह हीरो है। वह नां वह नां है जिहनू सुन के अज भी तुहाडा सिर फखर नाल उच्चा हो जांदा है। तुसी देश विदेश अंदर जाओ कदे तुहाडे सामने उस बंदे दा नां आ जावे तुहाडा सीना चौड़ा हो जांदा है। तुहानू माण हुंदा है कि साडे कोल वी कोई इदां दा योधा इदां दा बहादुर इदां दा सूरबीर हैगा है जिहदियां धुम्मां इंग्लैंड तक पईआं ने। उह कौण है? वड्डे भरा ने अमृत छकिया इहदा नां बदल के पंजां प्यारिआं ने रखिआ मुक्ता सिंह ते छोटे भरा ने अमृत छकिआ पंजां प्यारिआं ने उहदा नां बदल के रख दित्ता सरदार ऊधम सिंह। ओह ऊधम सिंह जिन्हें जलिया वाले बाग का बदला 21 सालों बाद माइकल उडवैर की हेक च गोली मार के फिर लिया सी। वह कहानी किदां दी है वह मैं आने वाले समय च तुहाडे नाल सांझी कर लगा हाँ। हुण दोवें भरा जतीम खाने च ने, कुदरत की मार आउंदी है। वड्डा भरा नमूनीए कारण जतीम खाने च चढ़ाई कर जांदा है। ऊधम सिंह कल्ला रह गया। 1917 इन्हें दसवीं पास की, दसवीं पास करके ये फौज में भर्ती हो गया। गोरियां दा राज सी, गोरियां दी फौज सी, उन्हां दी मर्जी है ड्यूटी कित्थे लाउंदे ने। उन्होंने ऊधम सिंह दी ड्यूटी ला दित्ती बसरे बगदाद दे अंदर। हुण सरदार ऊधम सिंह अपनी ड्यूटी ते चला गया। इधर अमृतसर दी मुबारक धरती दे उत्ते अंग्रेज सरकार दे धक्के दे खिलाफ हिंदू मुसलमान ते सिखां ने एक बहुत वड्डा इकट्ठ कीता। अंग्रेज सरकार नूं पता है कि जे हिंदू मुसलमान ते सिख एक झंडे थले कट्ठे हुंदे ने ते सानू किसे ने पुछना नहीं। अज भी राजनीति कुछ इदां दी है। इत्थे मंदिर मस्जिद दा फसाद खड़ा करके वोटां लईआं जांदियां ने, कुर्सियां पक्कियां कीतियां जांदियां ने, राज भाग पक्का कीता जांदा है। आम तुहाडे वर्गे बंदे जिहड़े मेहनती लोग ने वो इन्हां मंदिर मस्जिद ते गुरद्वारियां दे झगड़िआं च नहीं पैंदे, पर वड्डे उतले पैंदे ने। वो पैंदे इस करके ने क्योंकि जो मंदिर मस्जिद का झगड़ा खड़ा करनगे उदों तुहाडे च दुफाड़ होवेगा ते तुहाडे दुफाड़ का वादा लैके ते उहदा फायदा चुके जिस बंदे की हैसियत एक चपड़ासी लगन की नहीं वह बंदे सालां बदी तुहाडे सिरां ते राज कर जांदे आ, तुहाडी फुट का एक नजायज फायदा चुके। हिंदू मुसलमान ते सिख एक झंडे थले कट्ठे होण लगे। अंग्रेजा ने सोचा भी जे ये बंदे कट्ठे हो गए ते साडा ते राज भाग गया। उन्होंने फैसला किया भी इन्हां बंदियां नूं कट्ठे नहीं होण देना। उन्हां दिनां च आई विसाखी। फैसला होया कि विसाखी वाले दिन जलियां वाले बाग अंदर एक बहुत वड्डा जलसा किया जाएगा। पंजाब दे गवर्नर सर माइकल उडवैर ने जलंधर तो एक स्पैशल ऑफिसर सद्या, उहदा नां है जनरल डायर। उहदी ड्यूटी लगी
ਕਿ ਜਲਿਆਂ ਵਾਲੇ ਬਾਗ ਅੰਦਰ ਜਿਹੜਾ ਜਲਸਾ ਵਿਸਾਖੀ ਵਾਲੇ ਦਿਨ ਹੋਣਾ ਹੈ ਉਹ ਜਲਸਾ ਕਿਸੇ ਤਰੀਕੇ ਸਿਰੇ ਨਹੀਂ ਚੜ੍ਹਨਾ ਚਾਹੀਦਾ। ਲਓ ਜੀ ਆ ਗਿਆ ਵਿਸਾਖੀ ਵਾਲਾ ਦਿਨ, ਅੱਜ ਵਰਗਾ ਜ਼ਮਾਨਾ ਨਹੀਂ, ਮੋਬਾਈਲ ਤੁਹਾਡੀਆਂ ਜੇਬਾਂ 'ਚ ਨੇ, ਇੰਟਰਨੈਟ ਤੁਹਾਡੇ ਕੋਲ ਹੈ, ਟੀ ਵੀ ਅਖਬਾਰ ਤੁਹਾਡੇ ਕੋਲ ਹੈ, ਤੁਸੀਂ ਮਿੰਟ ਮਿੰਟ ਦੀ ਖਬਰ ਆਪਣੇ ਰਿਸ਼ਤੇਦਾਰਾਂ ਨੂੰ ਦੇਸ਼ ਵਿਦੇਸ਼ ਅੰਦਰ ਦੇ ਦਿੰਦੇ ਹੋ। ਉਦੋਂ ਨਹੀਂ ਸੀ ਪਤਾ ਲੋਕਾਂ ਨੂੰ ਵਿਸਾਖੀ ਵਾਲੇ ਦਿਨ ਹਜ਼ਾਰਾਂ ਲੋਕ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਵਧੇ, ਲੋਕ ਉੱਥੇ ਪਹੁੰਚੇ ਅਤੇ ਲੋਕਾਂ ਨੂੰ ਪਤਾ ਲੱਗਾ ਵੀ ਜਲਿਆਂ ਵਾਲੇ ਬਾਗ 'ਚ ਇੱਕ ਜਲਸਾ ਵੀ ਬੜੇ ਵੱਡੇ ਪੱਧਰ 'ਤੇ ਹੋਣਾ ਹੈ। ਹੁਣ ਜਲਿਆਂ ਵਾਲਾ ਬਾਗ 2:30 ਵਜੇ ਲੋਕਾਂ ਦੇ ਨਾਲ ਖਚਾ ਖੱਚ ਭਰ ਚੁੱਕਾ ਸੀ। ਜਨਰਲ ਡਾਇਰ ਆਪਣੀ ਜਿਪਸੀ ਲੈ ਕੇ, ਆਪਣੀ ਗੱਡੀ ਲੈ ਕੇ ਉਹ ਸੁਲਤਾਨ ਵਿੰਡ ਗੇਟ ਦੇ ਬਾਹਰ ਵਾਰ ਖਲੋਤਾ ਹੋਇਆ ਹੈ। ਜਾਂ ਜਲਿਆਂ ਵਾਲੇ ਬਾਗ ਦੀ ਭੀੜ ਦੇ ਵਿੱਚੋਂ ਦੋ ਬੰਦੇ ਉੱਠੇ, ਇੱਕ ਦਾ ਨਾਂ ਹੈ ਹੰਸਰਾਜ, ਇੱਕ ਦਾ ਨਾਂ ਹੈ ਬਸ਼ੀਰ ਅਹਿਮਦ। ਤੁਸੀਂ ਆਖੋਗੇ ਕਿ ਇਹ ਜਲਿਆਂ ਵਾਲੇ ਬਾਗ ਦੀ ਭੀੜ ਵਿੱਚੋਂ ਕਿਉਂ ਉੱਠੇ ਨੇ, ਅੱਗੇ ਜਾ ਕੇ ਦੱਸਦਾ। ਇਹ ਦੋਵੇਂ ਬੰਦੇ ਜਲਿਆਂ ਵਾਲੇ ਬਾਗ ਦੀ ਭੀੜ ਵਿੱਚੋਂ ਉੱਠੇ ਅਤੇ ਦਰਬਾਰ ਸਾਹਿਬ ਦੇ ਲਾਗੋਂ ਭੀੜੇ ਬਾਜ਼ਾਰਾਂ 'ਚੋਂ ਲੰਘ ਕੇ ਇਹ ਜਨਰਲ ਡਾਇਰ ਦੀ ਗੱਡੀ ਤੱਕ ਆਏ। ਇਹਨਾਂ ਨੇ ਸਲੂਟ ਮਾਰਿਆ, ਕਹਿੰਦੇ ਸਰ ਮੌਕਾ ਚੰਗਾ ਏ, ਜਲਿਆਂ ਵਾਲਾ ਬਾਗ ਲੋਕਾਂ ਨਾਲ ਖਚਾ ਖੱਚ ਭਰ ਚੁੱਕਾ ਏ, ਇਹਨਾਂ ਲੋਕਾਂ ਨੂੰ ਇਹੋ ਜਿਹਾ ਮਜ਼ਾ ਚਖਾਈਏ ਇਹ ਸਦੀਆਂ ਤੱਕ ਧਰਨੇ ਲਾਉਣੇ ਭੁੱਲ ਜਾਣ, ਇਹ ਸਦੀਆਂ ਤੱਕ ਲੋਕ ਅੰਗਰੇਜ਼ਾਂ ਅਤੇ ਸਰਕਾਰਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਭੁੱਲ ਜਾਣ। ਅਸਲ ਵਿੱਚ ਇਹ ਜਿਹੜੇ ਦੋ ਬੰਦੇ ਭੀੜ 'ਚੋਂ ਉੱਠ ਕੇ ਗਏ ਨੇ, ਇਹ ਕੱਪੜਿਆਂ ਕਰਕੇ ਅਤੇ ਗੱਲਾਂ ਬਾਤਾਂ ਕਰਕੇ ਅਤੇ ਕ੍ਰਾਂਤੀਕਾਰੀਆਂ ਦੇ ਨਾਲ ਆ, ਪਰ ਢਿੱਡੋਂ ਇਹ ਅੰਗਰੇਜ਼ਾਂ ਦੇ ਨਾਲ ਆ। ਇੱਦਾਂ ਦੇ ਲੋਕ ਅੱਜ ਵੀ ਤੁਹਾਡੇ 'ਚ ਤੁਰੇ ਫਿਰਦੇ ਆ, ਜਿਹੜੇ ਸ਼ਕਲੋਂ ਤਾਂ ਤੁਹਾਡੇ ਸੰਘਰਸ਼ ਵਿੱਚ ਹੁੰਦੇ ਨੇ ਪਰ ਢਿੱਡੋਂ ਤੁਹਾਡੇ ਦੁਸ਼ਮਣ ਹੁੰਦੇ ਨੇ। ਇਹੋ ਜਿਹੇ ਬੰਦੇ ਪਛਾਣਨੇ ਬੜੇ ਔਖੇ ਹੁੰਦੇ ਨੇ, ਕਿਉਂਕਿ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਅੱਗੇ ਲਾ ਛੱਡਦੇ ਨੇ ਅਤੇ ਜਦੋਂ ਲੋੜ ਪੈਣੀ ਹੈ ਉਹਨਾਂ ਨੇ ਤੁਹਾਨੂੰ ਬਲਦੀ ਦੇ ਬੂਥੇ 'ਚ ਦੇ ਕੇ ਅਤੇ ਆਪ ਪਾਸੇ ਹੋ ਜਾਣਾ ਹੈ। ਬਸ਼ੀਰ ਅਹਿਮਦ ਅਤੇ ਹੰਸ ਰਾਜ ਨੇ ਜਨਰਲ ਡਾਇਰ ਨੂੰ ਉਕਸਾਇਆ, ਉਹ ਆਪਣੀਆਂ ਗੱਡੀਆਂ ਲੈ ਕੇ ਜਲਿਆਂ ਵਾਲੇ ਬਾਗ ਦੇ ਸਾਹਮਣੇ ਆਇਆ। ਦਰਵਾਜ਼ਾ ਛੋਟਾ ਹੈ, ਗੱਡੀ ਅੰਦਰ ਨਹੀਂ ਜਾ ਸਕਦੀ, ਬਾਹਰ ਰੁਕੀ। ਸਿਪਾਹੀ ਨਿਕਲੇ, ਉਹਨਾਂ ਦੇ ਪਾਏ ਹੋਏ ਵੱਡੇ ਵੱਡੇ ਬੂਟ ਉਹ ਜਦੋਂ ਇੱਕ ਲਾਈਨ ਵਿੱਚ ਅੰਦਰ ਨੂੰ ਭੱਜੇ ਅਤੇ ਜਿਹੜੇ ਤੁਹਾਡੇ ਵਰਗੇ ਜਲਸਾ ਵੇਖ ਰਹੇ ਨੇ ਉਹਨਾਂ ਦਾ ਧਿਆਨ ਪਛਾਣ ਹੋ ਗਿਆ। ਕੀ ਵੇਖਦੇ ਨੇ? ਅੰਗਰੇਜ਼ ਸਿਪਾਹੀ ਆਪਣੀਆਂ ਬੰਦੂਕਾਂ ਸਿੱਧੀਆਂ ਕਰਕੇ ਬੈਠੇ ਨੇ। ਹੁਣ ਨਿਜ਼ਮ ਕਹਿੰਦਾ ਹੈ ਕਿ ਇਹੋ ਜਿਹੀ ਥਾਂ 'ਤੇ ਗੋਲੀ ਚਲਾਉਣੀ ਹੈ ਅਤੇ ਲੋਕਾਂ ਨੂੰ ਘੱਟੋ ਘੱਟ 5-10 ਮਿੰਟ ਦਿਓ ਵੀ ਇਹ ਜਗ੍ਹਾ ਖਾਲੀ ਕਰਕੇ ਚਲੇ ਜਾਓ, ਨਹੀਂ ਤਾਂ ਬੁਰਾ ਕੋਈ ਨਹੀਂ ਹੋਵੇਗਾ। ਪਰ ਜਨਰਲ ਡਾਇਰ ਕੁਝ ਹੋਰ ਚਾਹੁੰਦਾ ਸੀ, ਉਹ ਚਾਹੁੰਦਾ ਸੀ ਇਹਨਾਂ ਲੋਕਾਂ ਨੂੰ ਮੌਕਾ ਕੋਈ ਨਾ ਦਿੱਤਾ ਜਾਵੇ। ਸਬਾਬਨਾ ਤਾਂ ਮੇਰੇ ਕਾਬੂ ਆਏ ਨੇ, ਨਾਲੇ ਮੈਂ ਜਰਨਲ ਹਾਂ ਅਤੇ ਜੇ ਇਹਨਾਂ ਲੋਕਾਂ ਨੂੰ ਮਜ਼ਾ ਚਖਾ ਗਿਆ ਤਾਂ ਮੇਰੇ ਰੈਂਕ ਦੇ ਵਿੱਚ ਵੀ ਵਾਧਾ ਹੋਵੇਗਾ, ਮੇਰੇ ਅਹੁਦੇ ਵਿੱਚ ਵੀ ਵਾਧਾ ਹੋਵੇਗਾ। ਸੁਣੀਏ ਸਾਹ ਸੰਗਤ, 13 ਅਪ੍ਰੈਲ 1919 ਜਲਿਆਂ ਵਾਲੇ ਬਾਗ ਦੇ ਅੰਦਰ ਇੱਕ ਜਲਸਾ ਹੋ ਰਿਹਾ ਹੈ। ਜਾਂ ਜਨਰਲ ਡਾਇਰ ਆਪਣੀਆਂ ਸਿਪਾਹੀਆਂ ਦੇ ਸਮੇਤ ਪਹੁੰਚਿਆ ਹੈ, ਉਹਨੇ ਫਾਇਰ ਕਹਿ ਕੇ ਜਿਵੇਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਹੈ, ਉਸ ਚੱਲੀ ਹੋਈ ਗੋਲੀ ਦੇ ਅੰਦਰ ਜਲਿਆਂ ਵਾਲੇ ਬਾਗ 'ਚ ਜੋ ਕੁਝ ਵਾਪਰਿਆ ਹੈ ਉਹਨਾਂ ਲੈਣਾ ਨੂੰ ਢਾਡੀ ਜਥਾ ਹੈ। ਇੰਜ
ਡਰਦਾ ਫੌਜ ਨੇ ਹੋ ਪਾਕੇ ਹੁਕਮ ਡਰਦਾ ਫੌਜ ਨੇ ਵੇ ਦਿੱਤਾ ਗੋਲੀਆਂ ਦਾ ਮੀਂਹ ਵਰਸਾ ਹੋ ਦਿੱਤਾ ਗੋਲੀਆਂ ਦਾ ਮੀਂਹ ਵਰਸਾ ਚੁਕਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਆਪ ਗੁਰੂ ਕੀ ਸੰਗਤ ਸਰਵਣ ਕਰ ਰਹੇ ਹੋ, ਜਿੱਥੇ ਜਲਿਆਂ ਵਾਲੇ ਬਾਗ ਦਾ ਖੂਨੀ ਕਾਂਡ, ਉੱਥੇ ਇਹਦੇ ਅੰਦਰ ਸਰਵਣ ਕਰੋਗੇ ਕਿ ਤੁਸੀਂ ਕੌਮ ਦੇ ਬਹਾਦਰ ਯੋਧੇ ਵੀਰ ਬਹਾਦਰ ਸੂਰਮੇ ਨੇ ਕਿਵੇਂ ਉਸ ਹੋਏ ਕਤਲੇ ਆਮ ਤੇ ਕਾਂਡ ਦਾ ਬਦਲਾ 21 ਸਾਲ ਦੀ ਤਪੱਸਿਆ ਬਾਅਦ ਉਹਨੇ ਲੈ ਕੇ ਵਿਖਾਇਆ। ਕਹਿੰਦੇ ਨੇ ਜਲਿਆਂ ਵਾਲੇ ਬਾਗ ਦੇ ਅੰਦਰ ਕੁੱਲ 1650 ਫਾਇਰ ਹੋਏ ਨੇ, 1650 ਇਹ ਜਲਿਆਂ ਵਾਲੇ ਬਾਗ ਦੇ ਅੰਦਰ ਲਿਖਿਆ ਹੋਇਆ ਹੈ। ਲੋਕਾਂ ਨੂੰ ਭੱਜੇ ਜਾਂਦਿਆਂ ਨੂੰ ਗੋਲੀ ਮਾਰੀ ਗਈ, ਕੰਧਾਂ ਟੱਪਦਿਆਂ ਨੂੰ ਗੋਲੀ ਮਾਰੀ ਗਈ, ਲੋਕਾਂ ਨੇ ਖੂਹ ਦੇ ਅੰਦਰ ਛਾਲਾਂ ਮਾਰੀਆਂ, ਬੱਚੇ ਬਜ਼ੁਰਗ ਤੇ ਔਰਤਾਂ ਇਹ ਨੌਜਵਾਨਾਂ ਦੀ ਭੀੜ ਦੇ ਥੱਲੇ ਆਏ। ਜਰਨਲ ਡਾਇਰ ਨੇ ਜਿਹੜੀ ਆਪਣੀ ਡਾਇਰੀ ਲਿਖੀ ਹੈ ਉਹਦੇ 'ਚੋਂ ਮੰਨਦਾ ਹੈ, ਕਹਿੰਦਾ ਮੇਰੇ ਕੋਲ ਰਾਊਂਡ ਥੋੜ੍ਹੇ ਪੈ ਗਏ ਸੀ, ਹੋਰ ਹੁੰਦੇ ਤਾਂ ਮੈਂ ਇਹਨਾਂ ਲੋਕਾਂ ਨੂੰ ਇਹੋ ਜਿਹੇ ਨਿਸ਼ਾਨ ਦੇ ਕੇ ਜਾਣੇ ਸੀ ਜਿਹੜੇ ਸਦੀਆਂ ਤੱਕ ਇਹ ਚੇਤੇ ਰੱਖਦੇ ਵੀ ਵਾਕਿਆ ਕੋਈ ਇੱਥੇ ਕੋਈ ਕੰਮ ਕਰਨ ਆਇਆ ਸੀ। ਜਨਰਲ ਡਾਇਰ ਵਾਪਸ ਆਇਆ,
ਸ਼ਹਿਰ ਦੇ ਅੰਦਰ ਕਰਫਿਊ ਲੱਗ ਜਾਂਦਾ ਹੈ, ਕੋਈ ਬੰਦਾ ਘਰੋਂ ਬਾਹਰ ਨਾ ਨਿਕਲੇ, ਜਿਹੜਾ ਨਿਕਲਿਆ ਉਹਨੂੰ ਗੋਲੀ ਉੱਥੇ ਮਾਰ ਦਿੱਤੀ ਜਾਵੇ। ਹੁਣ ਜਲਿਆਂ ਵਾਲੇ ਬਾਗ ਅੰਦਰ ਬੱਚੇ ਬਜ਼ੁਰਗ ਤੇ ਔਰਤਾਂ ਇਹ ਜ਼ਖਮੀ ਵੀ ਨੇ, ਉਹਨਾਂ ਦੀਆਂ ਲਾਸ਼ਾਂ ਵੀ ਪਈਆਂ ਨੇ। ਯਤੀਮ ਖਾਨੇ ਦੇ ਪ੍ਰਬੰਧਕਾਂ ਨੇ ਇੱਕ ਚਿੱਠੀ ਲਿਖੀ ਆ ਡੀਸੀ ਨੂੰ, ਡੀਸੀ ਦਾ ਨਾਂ ਹੈ ਮਾਈਲਸ ਇਰਵਿੰਗ। ਉਹ ਕਹਿੰਦੇ ਨੇ ਡੀਸੀ ਸਾਹਿਬ ਅੰਦਰ ਜ਼ਖਮੀ ਵੀ ਹੈਗੇ ਨੇ, ਅੰਦਰ ਲਾਸ਼ਾਂ ਵੀ ਹੈਗੀਆਂ ਨੇ, ਗਰਮੀ ਦਾ ਮੌਸਮ ਹੈ, ਉਹ ਲਾਸ਼ਾਂ ਸੜ ਜਾਣਗੀਆਂ ਜਾਂ ਬੰਦੇ ਧਿਆਏ ਮਰ ਜਾਣਗੇ। ਅਸੀਂ ਹੋਰ ਤੇ ਕੁਝ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਸਾਡੇ ਯਤੀਮ ਖਾਨੇ ਦੇ ਵਲੰਟੀਅਰ ਮੁੰਡੇ ਅੰਦਰ ਜਾਣ, ਉਹ ਅੰਦਰ ਸੇਵਾ ਕਰਨ, ਜ਼ਖਮੀਆਂ ਨੂੰ ਪਾਣੀ ਪਿਆ ਦੇਣ ਤੇ ਲਾਸ਼ਾਂ ਨੂੰ ਇੱਕ ਪਾਸੇ ਕਰ ਦੇਣ। ਡੀਸੀ ਇਸ ਗੱਲ ਲਈ ਮੰਨ ਗਿਆ। ਯਤੀਮ ਖਾਨੇ ਦੇ ਮੁੰਡਿਆਂ ਨੇ ਇੱਕ ਟੀਮ ਤਿਆਰ ਕਰਕੇ ਤੇ ਜਲਿਆਂ ਵਾਲੇ ਬਾਗ ਅੰਦਰ ਜਾਣ ਦਾ ਫੈਸਲਾ ਕੀਤਾ। ਉਹ ਜਿਹੜੀ ਟੀਮ ਅੰਦਰ ਗਈ ਹੈ ਉਹਦਾ ਆਗੂ ਬਣਾਇਆ ਗਿਆ ਸਰਦਾਰ ਊਧਮ ਸਿੰਘ ਨੂੰ। ਤੁਸੀਂ ਆਖੋਗੇ ਉਹ ਤੇ ਨੌਕਰੀ ਕਰਨ ਵਾਸਤੇ ਗਿਆ ਸੀ, ਜੋ ਮੈਂ ਪਹਿਲੇ ਭਾਗ 'ਚ ਬਿਣੇ ਕੀਤਾ। ਅਸਲ ਵਿੱਚ ਉਹਨੇ ਨੌਕਰੀ ਕੀਤੀ ਹੈ ਆਰਮੀ ਦੀ ਸਿਰਫ ਇੱਕ ਸਾਲ। ਜਿੱਦਣ ਜਲਿਆਂ ਵਾਲੇ ਬਾਗ ਦਾ ਕਾਂਡ ਹੁੰਦਾ ਹੈ ਉਹ ਅੰਮ੍ਰਿਤਸਰ ਦੀ ਧਰਤੀ ਉੱਤੇ ਮੌਜੂਦ ਸੀ। ਉਹ ਆਪਣੇ ਸਾਥੀਆਂ ਸਮੇਤ ਅੰਦਰ ਗਿਆ, ਲਾਸ਼ਾਂ ਵੇਖੀਆਂ, ਜ਼ਖਮੀ ਵੇਖੇ, ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ, ਭੈਣਾਂ ਦੇ ਭਰਾ ਮਰੇ ਵੇਖੇ ਤੇ ਸਰਦਾਰ ਊਧਮ ਸਿੰਘ ਦੇ ਮਨ ਨੂੰ ਇੱਕ ਬੜਾ ਵੱਡਾ ਝਟਕਾ ਲੱਗਾ। ਅਚਾਨਕ ਸਾਹਮਣੇ ਇੱਕ ਔਰਤ ਤੁਰੀ ਆ ਰਹੀ ਹੈ। ਉਸ ਰੋਂਦੀ ਹੋਈ ਔਰਤ ਨੇ ਸਰਦਾਰ ਊਧਮ ਸਿੰਘ ਦੇ ਅੱਗੇ ਹੱਥ ਜੋੜੇ। ਸਰਦਾਰ ਊਧਮ ਸਿੰਘ ਨੇ ਧਿਆਨ ਨਾਲ ਵੇਖਿਆ, ਉਹਦੇ ਹੱਥਾਂ 'ਤੇ ਲੱਗੀ ਮਹਿੰਦੀ, ਉਹਦੀ ਮਾਂਗ ਅੰਦਰ ਸਿੰਦੂਰ, ਉਹਦੇ ਮੱਥੇ 'ਤੇ ਲੱਗੀ ਬਿੰਦੀ ਅਤੇ ਉਹਦੇ ਪਾਇਆ ਹੋਇਆ ਸੱਜਰਾ ਚੂੜਾ। ਇਹ ਗੱਲ ਦੱਸਦਾ ਹੈ ਕਿ ਲੜਕੀ ਦਾ ਵਿਆਹ ਅਜੇ ਨਵਾਂ ਨਵਾਂ ਹੋਇਆ ਹੈ। ਉਹਨੇ ਤਰਲਾ ਲੈ ਕੇ ਆਖਿਆ, ਵੇ ਵੀਰਾ, ਮੈਂ ਆਪਣੇ ਪਤੀ ਸਮੇਤ ਵਿਸਾਖੀ ਵੇਖਣ ਆਈ ਸਾਂ, ਮੇਰੀ ਕਿਸਮਤ ਮਾੜੀ, ਮੈਂ ਇੱਥੋਂ ਤੱਕ ਆ ਗਈ ਹਾਂ, ਹੱਥ ਛੁੱਟ ਗਿਆ ਮੇਰੇ ਪਤੀ ਦਾ, ਉਹ ਮੈਨੂੰ ਲੱਭਾ ਨਹੀਂ, ਮੈਂ ਭਾਲ ਬਹੁਤ ਕੀਤੀ ਆ, ਤਰਲਾ ਕਰ, ਉਪਕਾਰ ਕਰ ਮੇਰੇ ਉੱਤੇ, ਮੇਰਾ ਪਤੀ ਮੈਨੂੰ ਲੱਭ ਜਾਣਾ ਚਾਹੀਦਾ। ਸਰਦਾਰ ਊਧਮ ਸਿੰਘ ਉਸ ਦੁਲਹਨ ਨੂੰ ਲੈ ਕੇ, ਉਸ ਲੜਕੀ ਨੂੰ ਲੈ ਕੇ ਅੱਗੇ ਵਧਿਆ। ਲਾਸ਼ਾਂ ਦੇ ਢੇਰ ਵਿੱਚੋਂ ਇੱਕ ਕੱਪੜਿਆਂ ਤੋਂ ਪਛਾਣ ਕੇ ਮੁੰਡੇ ਵੱਲ ਹੱਥ ਕਰਕੇ ਲੜਕੀ ਨੇ ਆਖਿਆ, ਆਓ ਮੇਰਾ ਪਤੀ ਜਾਪਦਾ ਹੈ, ਉਠਾ ਇਹਨੂੰ, ਸੱਟ ਲੱਗ ਗਈ ਹੋਣੀ ਹੈ, ਜ਼ਮੀਨ ਉੱਤੇ ਲੇਟਿਆ ਹੈ, ਇਹਨੂੰ ਕਹਿ ਕੇ ਗੋਲੀਬਾਰੀ ਬੰਦ ਹੋ ਗਈ, ਆਪਾਂ ਘਰ ਚੱਲੀਏ। ਲੜਕੀ ਨੂੰ ਪਛਾਣ ਖਿਲਾਰ ਕੇ ਊਧਮ ਸਿੰਘ ਅੱਗੇ ਹੋਇਆ, ਲੜਕੇ ਨੂੰ ਹੱਥ ਲਾਇਆ ਅਤੇ ਹੱਥ ਲਾਉਂਦੇ ਸਾਰ ਸਮਝ ਗਿਆ ਕਿ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਚੁੱਕੇ ਨੇ। ਸਰਦਾਰ ਊਧਮ ਸਿੰਘ ਨੇ ਲੜਕੀ ਵੱਲ ਵੇਖ ਕੇ ਆਖਿਆ, ਭੈਣਾ ਇਹ ਮਿੱਟੀ ਹੋ ਗਿਆ ਹੈ, ਇਹ ਦੁਨੀਆ ਤੋਂ ਜਾ ਚੁੱਕਾ ਹੈ, ਕੀ ਕਰਨਾ ਇਹਦਾ। ਉਸ ਲੜਕੀ ਨੇ ਰੋ ਕੇ ਆਪਣੇ ਵਾਲਾਂ ਦੀਆਂ ਮੀਡੀਆਂ ਖੋ ਕੇ ਆਪਣੇ ਸ਼ਗਨਾਂ ਦੇ ਚੂੜੇ ਦੀ ਇਕੱਲੀ ਇਕੱਲੀ ਚੂੜੀ ਜ਼ਮੀਨ 'ਤੇ ਮਾਰਨੀ ਸ਼ੁਰੂ ਕਰ ਦਿੱਤੀ। ਸਰਦਾਰ ਊਧਮ ਸਿੰਘ ਨੇ ਉਸ ਮੁੰਡੇ ਦੀ ਲਾਸ਼ ਆਪਣੇ ਮੋਢੇ 'ਤੇ ਚੁੱਕੀ। ਲੜਕੀ ਅੱਗੇ ਅੱਗੇ ਤੁਰੀ ਜਾਂਦੀ ਹੈ। ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਜਿੱਥੇ ਲੰਗਰ ਹਾਲ ਬਣਿਆ ਹੈ ਨਾ, ਲੰਗਰ ਹਾਲ ਦੇ ਬਿਲਕੁਲ ਦੂਜੇ ਪਾਸੇ ਗੁਰਦੁਆਰਾ ਬਾਬਾ ਅਟਲ ਰਾਏ, ਗੁਰਦੁਆਰਾ ਬਾਬਾ ਅਟਲ ਰਾਏ ਦੇ ਕੋਲ ਉਸ ਲੜਕੇ ਦੀ ਲੋਥ ਨੂੰ ਪਹੁੰਚਾਇਆ ਗਿਆ, ਜਿੱਥੇ ਉਹ ਲੜਕੀ ਸਾਰੀ ਰਾਤ ਬੈਠੀ ਆਪਣੇ ਮਰੇ ਹੋਏ ਪਤੀ ਦੀ ਲਾਸ਼ ਦੀ ਰਾਖੀ ਕਰਦੀ ਰਹੀ, ਕਿਉਂਕਿ ਕੁੱਤੇ ਆਉਂਦੇ ਸੀ ਅਤੇ ਉਹਨੂੰ ਖਾਣ ਦਾ ਯਤਨ ਕਰ ਰਹੇ ਸੀ। ਸਰਦਾਰ ਊਧਮ ਸਿੰਘ ਵਾਪਸ ਆਇਆ, ਮੁੰਡੇ ਕਾਫੀ ਸੇਵਾ ਕਰ ਚੁੱਕੇ ਸੀ। ਜਾਂ ਅਚਾਨਕ ਸਾਹਮਣੇ ਇੱਕ ਸਹਿਕਦੀ ਹੋਈ ਬੀਬੀ ਸਰਦਾਰ ਊਧਮ ਸਿੰਘ ਦੀ ਨਜ਼ਰੀ ਪਈ। ਉਹਨੇ ਪਾਣੀ ਵਾਲੀ ਬਾਲਟੀ ਵਿੱਚੋਂ ਪਾਣੀ ਲੈ ਕੇ ਉਹਦੇ ਮੂੰਹ ਦੇ ਉੱਤੇ ਛੱਟੇ ਮਾਰੇ। ਲੜਕੀ ਅੱਭੜਵਾਏ ਉੱਠੀ, ਕਹਿੰਦੀ ਮੇਰਾ ਪਤੀ ਕਿੱਥੇ ਹੈ, ਮੇਰਾ ਬੱਚਾ ਕਿੱਥੇ ਹੈ। ਸਰਦਾਰ ਊਧਮ ਸਿੰਘ ਕਹਿੰਦਾ, ਤੇਰਾ ਪਤੀ, ਤੇਰਾ ਬੱਚਾ? ਉਹਨੇ ਆਖਿਆ, ਹਾਂ ਵੀਰਾ, ਮੇਰਾ ਛੋਟਾ ਜਿਹਾ ਬੱਚਾ ਬਿਲਕੁਲ ਮਾਸੂਮ ਹੈ, ਉਹ ਮੇਰੇ ਪਤੀ ਦੇ ਹੱਥਾਂ ਵਿੱਚ ਸੀ, ਜਦੋਂ ਗੋਲੀ ਚੱਲੀ ਮੇਰਾ ਹੱਥ ਛੁੱਟ ਗਿਆ ਹੈ, ਨਾ ਮੇਰਾ ਪਤੀ ਲੱਭਾ ਹੈ, ਨਾ ਮੇਰਾ ਬੱਚਾ ਲੱਭਾ ਹੈ। ਲੱਭਦਿਆਂ ਲੱਭਦਿਆਂ ਆਖਿਰਕਾਰ ਇੱਕ ਨੌਜਵਾਨ ਪਹਿਲੀ ਲੜਕੀ ਦੇ ਪਤੀ ਵਾਂਗੂ ਲੱਭਿਆ, ਹੱਥ ਕਰਕੇ ਉਹ ਬੀਬੀ ਕਹਿੰਦੀ, ਆਓ ਮੇਰਾ ਪਤੀ ਜਾਪਦਾ ਹੈ, ਜ਼ਮੀਨ ਉੱਤੇ ਲੇਟਿਆ ਸੀ, ਮੂਧੜੇ ਮੂੰਹ ਜਿਹਨੂੰ ਆਪਾਂ ਪੇਟ ਦੇ ਬਲ ਕਹਿ ਦਿੰਦੇ ਹਾਂ, ਉਹ ਧਰਤੀ ਉੱਤੇ ਮੂਧਾ ਲੇਟਿਆ ਸੀ। ਜਾਂ ਲੜਕੀ ਨੇ ਆਵਾਜ਼ ਮਾਰ ਕੇ ਆਖਿਆ, ਮੇਰਾ ਬੱਚਾ ਕਿੱਥੇ ਆ, ਇਹਦੇ ਕੋਲ ਸੀ। ਸਰਦਾਰ ਊਧਮ ਸਿੰਘ ਨੇ ਆਖਿਆ, ਭੈਣ ਹੌਂਸਲਾ ਰੱਖ, ਜੇ ਇਹ ਲੱਭ ਗਿਆ ਹੈ ਤਾਂ ਤੇਰਾ ਬੱਚਾ ਵੀ ਇਹਦੇ ਕੋਲ ਹੀ ਸੀ, ਤੇਰਾ ਪੁੱਤ ਵੀ ਇਹਦੇ ਕੋਲ ਹੋਵੇਗਾ, ਤੂੰ ਖਲੋ, ਜੇ ਇਹ ਹੋਸ਼ ਹੈ ਤਾਂ ਆਪਾਂ ਇਹਨੂੰ ਪੁੱਛ ਲੈਂਦੇ ਹਾਂ। ਸਰਦਾਰ ਊਧਮ ਸਿੰਘ ਉਸ ਲੜਕੇ ਦੇ ਕੋਲ ਆਇਆ, ਸਮਝਦਿਆਂ ਦੇਰ ਨਾ ਲੱਗੀ ਕਿ ਰੱਬ ਨੇ ਕੋਈ ਭਾਣਾ ਵਰਤਾ ਦਿੱਤਾ ਹੈ। ਅਸਲ ਵਿੱਚ ਗੋਲੀ ਉਸ ਲੜਕੇ ਦੀ ਪਿੱਠ ਵਿੱਚ ਲੱਗੀ ਸੀ, ਤਾਂਹੀਓ ਸਿੱਧਾ ਡਿੱਗਾ ਸੀ। ਜਦੋਂ ਉਹਦੀ ਪਿੱਠ ਵਿੱਚ ਗੋਲੀ ਲੱਗੀ, ਉਹਦੀ ਛਾਤੀ ਵਿੱਚੋਂ ਗੋਲੀ ਬਾਹਰ ਨਿਕਲੀ ਸੀ,
ਤੇ ਉਹਨਾਂ ਛਾਤੀ ਦੇ ਨਾਲ ਆਪਣਾ ਇੱਕ ਸਾਲ ਦਾ ਬੱਚਾ ਲਾਇਆ ਸੀ ਤੇ ਗੋਲੀ ਉਹਦੀ ਛਾਤੀ ਚੋਂ ਨਿਕਲ ਕੇ ਉਹਦੇ ਮਾਸੂਮ ਬੱਚੇ ਦੀ ਛਾਤੀ ਵਿੱਚ ਵੱਜੀ ਸੀ। ਇੱਕੇ ਗੋਲੀ ਦੇ ਨਾਲ ਪਿਓ ਤੇ ਪੁੱਤ ਜ਼ਖਮੀ ਹੋਏ ਸੀ। ਸਰਦਾਰ ਊਧਮ ਸਿੰਘ ਨੇ ਨੌਜਵਾਨ ਨੂੰ ਸਿੱਧਿਆਂ ਕੀਤਾ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਲੜਕਾ ਉਹਦੀ ਗਲ ਵੱਕੜੀ ਦੇ ਨਾਲ ਚੰਬੜਿਆ ਹੋਇਆ ਸੀ। ਆਦਮੀ ਤੇ ਦੁਨੀਆਂ ਤੋਂ ਜਾ ਚੁੱਕਾ ਸੀ ਪਰ ਬੱਚਾ ਅਜੇ ਸਹਿਕ ਰਿਹਾ ਸੀ। ਸਰਦਾਰ ਊਧਮ ਸਿੰਘ ਨੇ ਆਖਿਆ, ਭੈਣ ਭਾਣਾ ਬੜਾ ਵੱਡਾ ਵਾਪਰ ਗਿਆ, ਤੇਰਾ ਪਤੀ ਤੇ ਦੁਨੀਆਂ ਤੇ ਨਹੀਂ ਰਿਹਾ ਪਰ ਤੇਰਾ ਬੱਚਾ ਸ਼ਾਇਦ ਸਹਿਕਦਾ। ਉਹਨੇ ਸਹਿਕਦਾ ਬੱਚਾ ਸਰਦਾਰ ਊਧਮ ਸਿੰਘ ਨੇ ਉਸ ਬੀਬੀ ਦੇ ਹੱਥਾਂ ਉੱਤੇ ਰੱਖ ਦਿੱਤਾ। ਬੀਬੀ ਨੇ ਆਵਾਜ਼ ਮਾਰ ਕੇ ਆਖਿਆ, ਲਿਆ ਪਾਣੀ, ਮੇਰੇ ਪੁੱਤ ਦੇ ਮੂੰਹ ਅੰਦਰ ਪਾ। ਉਹਨੇ ਪਾਣੀ ਵਾਲੀ ਬਾਲਟੀ ਵਿੱਚੋਂ ਥੋੜ੍ਹਾ ਜਿਹਾ ਪਾਣੀ ਲੈ ਕੇ ਉਸ ਬੱਚੇ ਦੇ ਮੂੰਹ ਅੰਦਰ ਪਾਇਆ। ਪਾਣੀ ਅੰਦਰ ਤੇ ਨਹੀਂ ਗਿਆ, ਇਹਨਾਂ ਦੋਵਾਂ ਪਾਸਿਆਂ ਤੋਂ ਡੁੱਲ ਗਿਆ। ਬੱਚੇ ਨੇ ਇੱਕ ਲੰਮਾ ਸਾਹ ਲਿਆ, ਉਹ ਸਾਹ ਮੁੜ ਕੇ ਵਾਪਸ ਨਹੀਂ ਆਇਆ। ਸਰਦਾਰ ਊਧਮ ਸਿੰਘ ਨੇ ਉਸ ਬੀਬੀ ਵੱਲ ਵੇਖਿਆ ਤੇ ਬੀਬੀ ਨੇ ਆਪਣਾ ਬੱਚਾ ਪੂਰੇ ਜ਼ੋਰ ਨਾਲ ਹਿਲਾ ਕੇ ਆਖਿਆ, ਵੇ ਵੀਰਾ, ਇਹ ਹਿੱਲਦਾ ਕਿਉਂ ਨਹੀਂ ਹੈ, ਇਹ ਸਾਹ ਕਿਉਂ ਨਹੀਂ ਲੈਂਦਾ, ਇਹ ਚੁੱਪ ਕਿਹੜੀ ਗੱਲੋਂ ਕਰ ਗਿਆ ਹੈ। ਤੇ ਸਰਦਾਰ ਊਧਮ ਸਿੰਘ ਦੀਆਂ ਅੱਖਾਂ 'ਚ ਹੰਝੂ ਆਏ। ਉਹਨੇ ਆਖਿਆ, ਭੈਣਾ ਤੇਰਾ ਬੱਚਾ ਵੀ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਉਸ ਬੀਬੀ ਨੇ ਇੱਕ ਡਾਡ ਮਾਰੀ, ਉਹ ਚੀਕ ਸੀ ਜਿਹੜੀ ਆਕਾਸ਼ ਦਾ ਸੀਨਾ ਚੀਰ ਕੇ ਨਿਕਲ ਗਈ। ਉਹਨੇ ਮਾਂ ਵਰਗਾ ਕਣ ਸ਼ਾਮਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਇ ਉਧਾਰੀ ਆ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਮੁਰਝਾਉਂਦੇ ਐ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਵੇ, ਇਹ ਬੂਟਾ ਸੁੱਕ ਜਾਵੇ। ਉਸ ਬੀਬੀ ਨੇ ਆਖਿਆ, ਵੇ ਵੀਰਾ ਹੋਵੇਗਾ ਕੋਈ ਮਾਂ ਦਾ ਪੁੱਤ ਜਿਹੜੇ ਮੇਰੇ ਬੱਚੇ ਦੇ ਡੁੱਲੇ ਖੂਨ ਦਾ ਬਦਲਾ ਲੈ ਕੇ ਦੇਵੇ, ਇਹਨਾਂ ਬੇਦੋਸ਼ੀਆਂ ਦੇ ਡੁੱਲੇ ਖੂਨ ਦਾ ਬਦਲਾ ਲੈ ਕੇ ਦੇਵੇ। ਸਰਦਾਰ ਊਧਮ ਸਿੰਘ ਨੇ ਆਪਣੇ ਹੱਥ ਵੇਖੇ, ਉਸ ਬੱਚੇ ਦਾ ਲੱਗਾ ਹੋਇਆ ਖੂਨ ਵੇਖਿਆ। ਦਰਬਾਰ ਸਾਹਿਬ ਵਾਲੇ ਪਾਸੇ ਨੂੰ ਮੂੰਹ ਕਰਕੇ ਉਹਨੇ ਹੱਥ ਜੋੜ ਕੇ ਅਰਦਾਸ ਕੀਤੀ, ਕਹਿੰਦਾ, ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੀ, ਰਹਿਮਤ ਕਰੀ, ਅਰਦਾਸ ਕਰਨ ਲੱਗਾ ਹਾਂ ਤੇਰੇ ਦਰਬਾਰ ਅੰਦਰ, ਮੈਨੂੰ ਘੱਟੋ ਘੱਟ ਇੰਨੇ ਕੁ ਦਿਨ ਦਵੀ, ਮੈਂ ਜਲਿਆਂ ਵਾਲੇ ਬਾਗ ਦੇ ਦੋਵੇਂ ਕਾਤਲ ਮਾਰਨੇ ਆ। ਇੱਕ ਕਾਤਲ ਉਹ ਵਾ ਜਿਹਨੇ ਕੋਲ ਖਲੋ ਕੇ ਗੋਲੀ ਚਲਾਈ ਆ, ਇੱਕ ਕਾਤਲ ਉਹ ਵਾ ਜਿਹਨੇ ਕਾਗਜ਼ਾਂ ਦੇ ਉੱਤੇ ਸਾਈਨ ਕੀਤੇ ਆ, ਪੰਜਾਬ ਦਾ ਗਵਰਨਰ। ਇਹ ਬੰਦੇ ਦੋਵੇਂ ਮਾਰਨੇ ਨੇ, ਕੱਲ੍ਹ ਮਰ ਜਾਣ ਤੇ ਰੱਬਾ ਮੈਨੂੰ ਕੱਲ੍ਹ ਲੈ ਜਾਵੀਂ, ਤੇ ਜਿੰਨਾ ਚਿਰ ਇਹ ਨਹੀਂ ਮੁੱਕਦੇ ਪਰਮਾਤਮਾ ਮੈਨੂੰ ਸਵਾਸ ਜ਼ਰੂਰ ਦੇਵੀਂ। ਇੱਥੋਂ ਇੱਕ ਸਫ਼ਰ ਸ਼ੁਰੂ ਹੁੰਦਾ ਹੈ 21 ਸਾਲਾਂ ਦਾ, ਉਹ 21 ਸਾਲ ਕਿੱਦਾਂ ਦੇ ਨੇ, ਪਰ ਘੜੀ ਮੈਨੂੰ ਕਹਿੰਦੀ ਆ ਕਿ ਮਿੰਟ ਮੇਰੇ ਕੋਲ ਠੀਕ 10 ਜਾਂ 12 ਨੇ। ਮੈਂ 21 ਸਾਲਾਂ ਦੇ ਗੈਬ ਨੂੰ ਉਸ 10-12 ਸਾਲਾਂ ਦੇ ਮਿੰਟ ਵਿੱਚ ਸਮਾਉਣ ਦਾ ਯਤਨ ਕਰਾਂਗਾ। ਸਰਦਾਰ ਊਧਮ ਸਿੰਘ ਨੇ ਉਹਨਾਂ 21 ਸਾਲਾਂ ਦੇ ਵਿੱਚ ਬੜਾ ਕੁਝ ਵੇਖਿਆ। ਉਹ ਭੇਸ ਵਟਾਉਂਦਾ ਹੈ, ਉਹ ਜਪਾਨ ਜਾਂਦਾ ਹੈ, ਉਹ ਅਫਰੀਕਾ ਜਾਂਦਾ ਹੈ, ਅਮੈਰੀਕਾ ਜਾਂਦਾ ਹੈ, ਔਰ ਯੂਰਪ ਦੇ ਵੱਡੇ ਵੱਡੇ ਦੇਸ਼ਾਂ ਅੰਦਰ ਜਾਂਦਾ ਹੈ। ਪਰ ਉਹਨੇ ਆਪਣੇ ਨਿਸ਼ਾਨੇ ਤੱਕ ਪਹੁੰਚਦਿਆਂ ਪਹੁੰਚਦਿਆਂ ਇੱਕ ਲੰਮੀ ਘਾਲਣਾ ਕਰ ਲਈ। ਆਖਿਰਕਾਰ ਸਰਦਾਰ ਊਧਮ ਸਿੰਘ ਆਪਣੀ ਰਿਹਾਇਸ਼ ਲੰਡਨ ਲੈ ਕੇ ਚਲਾ ਗਿਆ। ਸਾਧੂਆਂ ਵਾਲਾ ਭੇਸ ਵਟਾਇਆ ਸੀ, ਉਹ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਆ ਕੇ ਮਿਲਿਆ। ਗ੍ਰੰਥੀ ਸਿੰਘ ਨੂੰ ਕਹਿੰਦਾ, ਬਾਬਾ ਜੀ ਮੈਨੂੰ ਗੁਰਦੁਆਰੇ 'ਚ ਰਹਿਣ ਵਾਸਤੇ 1 ਦਿਨ ਲਈ ਜਗ੍ਹਾ ਮਿਲੇਗੀ? ਉਹਨੇ ਆਖਿਆ, ਜਗ੍ਹਾ ਮਿਲ ਜਾਵੇਗੀ, ਤੂੰ ਰਹਿ ਸਕਦਾ। ਸਾਧੂ ਬਣਿਆ ਊਧਮ ਸਿੰਘ ਦੂਜੀ ਵਾਰੀ ਆ ਗਿਆ, ਭੇਸ ਵਟਾਇਆ ਸੀ। ਕਹਿੰਦਾ, ਬਾਬਾ ਜੀ ਜੇ ਮੈਂ ਗੁਰਦੁਆਰੇ 'ਚ ਰਹਿਣ ਵਾਸਤੇ ਕੁਝ ਦਿਨ ਜਾਂ ਕੁਝ ਹਫ਼ਤੇ ਲੈਣੇ ਹੋਣ ਫਿਰ ਕੀ ਕਰਨਾ ਪਵੇਗਾ? ਗ੍ਰੰਥੀ ਸਿੰਘ ਕਹਿੰਦਾ, ਇਹਦੀ ਆਗਿਆ ਤੈਨੂੰ ਪ੍ਰਧਾਨ ਦੇ ਸਕਦਾ, ਪ੍ਰਧਾਨ ਤੋਂ ਬਿਨਾਂ ਨਹੀਂ ਕੰਮ ਹੋਣਾ। ਪ੍ਰਧਾਨ ਦਾ ਨਾਂ ਹੈ ਸ਼ਿਵ ਸਿੰਘ ਜੌਲ। ਪ੍ਰਧਾਨ ਕੋ ਆਇਆ, ਪ੍ਰਧਾਨ ਨੇ ਆਗਿਆ ਦੇ ਦਿੱਤੀ। ਪਰ ਜਦੋਂ ਊਧਮ ਸਿੰਘ ਸਾਧੂ ਬਣ ਕੇ ਤੁਰਿਆ ਜਾਂਦਾ ਸੀ, ਪ੍ਰਧਾਨ ਬਹੁਤ ਤੇਜ਼ ਤਰਾਰ ਸੀ। ਪ੍ਰਧਾਨ ਨੇ ਇਹਨੂੰ ਤੁਰੇ ਜਾਂਦੇ ਨੂੰ ਵੇਖਿਆ ਤੇ ਆਪਣੇ ਮਨ ਨਾਲ ਗੱਲ ਕਰਕੇ ਆਖਿਆ, ਹਜ਼ਾਰਾਂ ਲੋਕ ਇਸ ਗੁਰਦੁਆਰੇ 'ਚ ਆਏ ਨੇ ਪਰ ਆਹ ਪਹਿਲਾ ਬੰਦਾ ਤੁਰਿਆ ਜਾਂਦਾ, ਮੈਨੂੰ ਇਉਂ ਮਹਿਸੂਸ ਹੁੰਦਾ ਇਹ ਸਾਧੂ ਹੈਗਾ ਨਹੀਂ।
ना इहदी तोर साधुआं वाली, ना इहदी वेखणी साधुआं वाली, ना इहदे गल करन दा तरीका साधुआं वाला। इहदे च साधुआं वाला लक्षण कोई नहीं। कहिंदे ने एक दिन सरदार ऊधम सिंह भेस वटा के खलोता बिस्मल दा एक शेर गा रहा सी। वह शेर की है, वह कहिंदा सरफरोशी की तमन्ना अब हमारे दिल में है, देखना है जोर कितना, बाजुए कातिल में है। मगर खलोते प्रधान ने उहदे मोढ़े ते हथ रख दिता। कहिंदा मैनू बड़े दिनों का शक सी कि तू साधु नहीं हैगा, साधुआं वाली गल तेरे च कोई नहीं, सच दस तू कौन है। प्रधान दे सामने खलोते ऊधम सिंह ने आख्या जी मेरा असली नाम है शेर सिंह, अमृत छकण तो बाद मेरा नाम रख्या गया ऊधम सिंह, ते सच ये आ कि मैं जलियां वाले बाग दे दोवें कातल मारन वास्ते आया सां, पर मैनू इत्थे आके पता लगा है कि जिस बंदे ने जलियां वाले बाग च कोल खलो के गोली चलाई है जनरल डायर, उन्हूं मरे नूं 13 साल हो गया, वह 1927 च शदाई होके आपे मर चुका है। कहिंदा हुण कहिंदा मैं मारना दूजा बंदा जिन्हें कागजां दे उत्ते सैन कीते आ। मैनू गुरद्वारे च उन्ने दिन जरूर रखियो। सरदार ऊधम सिंह वल वेख के प्रधान कहिंदा काका निशाने उहना उक जा वी जिन्नी मदद मंगेगा मैं करन वास्ते तैयार आ। हुण गुरद्वारे च रहिंदा एक दिन बाहर निकलिया, सामने कंध ते एक इश्तिहार लगा है, इश्तिहार दे उत्ते लिखिया 13 मार्च 1940 नूं अफगानिस्तान दे मुद्दे उत्ते बार एसोसीएशन दे मैंबरां वल्लों ट्यूटर रूम दे विच एक बड़ा वड्डा जलसा होना है, उहदे च हेठ लिखे सज्जन आउणे ने, लॉर्ड जैटलैंड आवेगा, सर परसी सायक आवेगा, लुईस डेन आवेगा, ये गोरियां दे नां सी, ते सब तो थल्लड़दे बने लिखिया सी कि प्रधानगी भाषण पंजाब दे हीरो माइकल उडवैर पढ़नगे। इन्हें इश्तिहार लाया ते लिया के प्रधान दे अगे रख दिता। कहिंदा प्रधान जी रोज़ टिचरां करदे जे कि कुछ करना भी हैगा कि नहीं, भी गल्लां दे ही कड़ाह कर छड्डेगा। कहिंदा मेरा करन दा टाइम आ गया, आ इश्तिहार ध्यान नाल पढ़ो, इहदे थले कुछ लिखिया। प्रधान ने इश्तिहार खोलिया, उहदे थले लिखिया सी कि इस जलसे च दाखल होण वास्ते एंट्री पास इशू कीते गए ने, जिहदे कोल उह पास होवेगा उह बंदा अंदर आ सकेगा। प्रधान जी बंदे मैनूं लभ गया, शिकार मेरा लभ गया, एंट्री पास दा प्रबंध कर दिओ। प्रधान हस के कहन लगा काका जे तू इना कुछ कर सकदा ते पास दा प्रबंध मैं कर देना, ते कर भी हुणे देना क्योंकि सद्दा पत्र मैनू आ चुका वा, एंट्री पास मैनू मिल चुका वा, क्योंकि मैनू वह जानते हैं मैनू ना सद लिया है, आ चुक मेरा एंट्री पास पर काम करके मुड़ी। दिन चढ़ गया 12 मार्च का, सरदार ऊधम सिंह ने तैयारी मुकम्मल की। 13 मार्च आई, सरदार ऊधम सिंह ने काले रंग का पेंट कोट अपने शरीर के उत्ते सजाया क्योंकि सफा चट हो सका सी बिल्कुल, उन्हें एक टोप टेढ़ा जा करके अपने सिर के उत्ते सजा लिया, एंट्री पास अपनी जेब च पा लिया, अलमारी के उत्तों डायरी लाई, डायरी वड्डी सी, उहदे विचले पास्यों पेज कट के रिवॉल्वर उहदे अंदर फिट कर लिया। समझ गए होवोगे, उह डायरी अंदर रिवॉल्वर फिट करके अंग्रेज बाबू बन के जेब विच एंट्री पास पा के कैक्सटनाल दे दरवाजे तक आ गया। अगे खलोता गोरा सिपाही, वह हाथ करके कहिंदा शो मी यूर एंट्री पास, अपना एंट्री पास विखा। इन्हें कढ़ के एंट्री पास उहदे हाथे रखिया। गोरा दूजा प्रश्न करता है, कहिंदा वट यूर नेम, तेरा नाम की है? कहिंदा सर माई नेम इज फ्रेंक ब्राजील जी, मेरा नाम फ्रेंक ब्राजील है। जिथे शकल गोरियां वाली उत्थे नाम ही इन्हें गोरियां वाला रखिया सी। गोरा वेख के कहिंदा यू मे गो नाउ, तुसी हुण अंदर जा सकदे हो। इन्हें डायरी चुकी, अंदर आ गया, 350 बंदा कुर्सियां ते बैठा सी, 40 मुंडे इधर कंध नाल लगे सी, जिहड़े कंध नाल लगे इन्हें उन्हां च आउंदे आउंदे डायरी खोली ते रिवॉल्वर कढ के अपनी जेब दे विच पा लिया। सामने स्टेज शुरू हो गई, वारी वारी बुलारे बोले, ते वारी आ गई माइकल उडवैर दी, जिहदे उठण सार ताड़ियां वज्जियां। सरदार ऊधम सिंह बड़े ध्यान नाल वेखदा सी ਪੇ ਮਿੱਤਰਾ ਜਿੱਥੇ 21 ਸਾਲ ਦਾ ਸਬਰ ਕੀਤਾ 1 ਮਿੰਟ ਦਾ ਸਬਰ ਹੋਰ ਕਰ, ਇਹਨੂੰ ਸੁਣਦੇ ਸਹੀ ਇਹ ਬੋਲਦਾ ਕੀ ਆਪਣੀ ਜ਼ੁਬਾਨ ਵਿੱਚੋਂ। ਮਾਈਕਲ ਉਡਵੈਰ ਮੈਕ ਉੱਤੇ ਆਇਆ, ਉਹ ਆਉਂਦੇ ਸਾਰ ਕਹਿੰਦਾ ਕਿਉਂਕਿ ਜਲਸਾ ਅਫਗਾਨਿਸਤਾਨ ਦੇ ਮੁੱਦੇ ਤੇ ਸੀ, ਉਹ ਕਹਿੰਦਾ ਅਫਗਾਨਿਸਤਾਨ ਦੇ ਲੋਕ ਆਜ਼ਾਦੀ ਮੰਗਦੇ ਨੇ, ਇੰਡੀਅਨ ਡੌਗਸ ਭਾਰਤੀ ਕੁੱਤੇ ਸ਼ਬਦ ਵਰਤਿਆ, ਕਹਿੰਦਾ ਭਾਰਤੀ ਕੁੱਤਿਆਂ ਨੇ ਆਜ਼ਾਦੀ ਮੰਗੀ, ਮੈਂ ਜਲਿਆਂ ਵਾਲੇ ਬਾਗ ਚ ਘੇਰ ਕੇ ਗੋਲੀਆਂ ਮਾਰੀਆਂ,
ਸਰਕਾਰ ਮੈਨੂੰ ਇੱਕ ਵਾਰੀ ਅਫਗਾਨਿਸਤਾਨ ਭੇਜੇ, ਮੈਂ ਘਰ ਘਰ ਜਲਿਆਂ ਵਾਲੇ ਬਾਗ ਬਣਾ ਕੇ ਰੱਖ ਦਿਆਂਗਾ। ਦਰਸ਼ਕ ਦੂਜੀ ਵਾਰੀ ਤਾੜੀ ਮਾਰਦੇ ਨੇ। ਭੀੜ ਦੇ ਵਿੱਚੋਂ ਊਧਮ ਸਿੰਘ ਤੁਰਿਆ ਤੇ ਸਟੇਜ ਦੇ ਬਿਲਕੁਲ ਨੇੜੇ ਆ ਗਿਆ। ਹੁਣ ਲੋਕ ਵੇਖਦੇ ਆ ਵੀ ਮੁੰਡਾ ਕਿਹੜੀ ਗੱਲੋਂ ਆਇਆ। ਮਾਈਕਲ ਡਵੈਰ ਨੇ ਆਪ ਪੁੱਛ ਲਿਆ, ਕਹਿੰਦਾ ਯੰਗ ਮੈਨ ਵਟ ਯੂਰ ਕੁਐਸਚਨ, ਕੀ ਪ੍ਰਸ਼ਨ ਹੈ ਤੇਰਾ, ਕਾਹਦੇ ਲਈ ਆਇਆ ਹੈ? ਕਹਿੰਦਾ ਸਰ ਪਲੀਜ਼ ਰਿਪੀਟ ਵਟ ਯੂ ਹੈਵ ਸੈਡ। ਕਹਿੰਦਾ ਸਰ ਕਿਰਪਾ ਕਰਕੇ ਆ ਦੁਬਾਰਾ ਬੋਲੋ ਹਾਂ ਜਰਾ, ਆ ਜਿਹੜੀਆਂ ਭਾਰਤੀ ਲੋਕਾਂ ਨੂੰ ਗਾਲਾਂ ਕੱਢੀਆਂ ਜੇ ਨਾ, ਤੁਹਾਡੇ ਮੂੰਹੋਂ ਫੱਬੀਆਂ ਬੜੀਆਂ ਨੇ, ਇੱਕ ਵਾਰੀ ਗਾਲ ਦੁਬਾਰਾ ਕੱਢ ਦਿਓ, ਮੈਂ ਇਹ ਗਾਲ ਸੁਣਨੀ ਚਾਹੁੰਦਾ। ਦਰਸ਼ਕਾਂ ਨੇ ਤੀਜੀ ਵਾਰ ਤਾੜੀ ਮਾਰੀ, ਕਹਿੰਦੇ ਵਾਹ ਮਾਈਕਲ ਡਵੈਰ ਦਾ ਭਾਸ਼ਣ ਬੜਾ ਪਸੰਦ ਆਇਆ। ਤੇ ਮਾਈਕਲ ਡਵੈਰ ਦੇ ਅੰਦਰੋਂ ਵੀ ਹੰਕਾਰ ਬੋਲਿਆ, ਕਹਿੰਦਾ ਮਾਈਕਲ ਡਵੈਰ ਰੱਜ ਕੇ ਗਾਲਾਂ ਕੱਢੀ, ਇਹ ਜਿਹੜੀਆਂ ਤਾੜੀਆਂ ਨੇ ਸਦਾ ਗੂੰਜਣੀਆਂ ਚਾਹੀਦੀਆਂ ਨੇ, ਪਰ ਉਹਨੂੰ ਨਹੀਂ ਸੀ ਪਤਾ ਕਿ ਤੂੰ ਗਾਲ ਕੱਢਣੀ ਆ ਤੇ ਜਿਹੜੇ ਪਟਾਕੇ ਇੱਥੇ ਪੈਣੇ ਆ ਉਹ ਸਦੀਆਂ ਤੱਕ ਸੁਣੇ ਜਾਣੇ ਆ। ਮਰਦ ਨੇ ਪੈਰ ਪੁੱਟਿਆ, ਬਿਲਕੁਲ ਸਟੇਜ ਦੇ ਨੇੜੇ ਆਇਆ, ਹੱਥ ਚੁੱਕਿਆ, ਕੋਟ ਦੀ ਜੇਬ ਅੰਦਰ ਪਿਸਤੌਲ ਦੇ ਟ੍ਰਿਗਲ ਤੇ ਜਾ ਰੱਖਿਆ। ਮਾਈਕਲ ਡਵੈਰ ਦੂਜੀ ਵਾਰੀ ਬੋਲਿਆ, ਕਹਿੰਦਾ ਅਫਗਾਨਿਸਤਾਨ ਦੇ ਲੋਕ ਆਜ਼ਾਦੀ ਮੰਗਦੇ ਨੇ, ਇੰਡੀਅਨ ਡੋਗਸ ਭਾਰਤੀ ਕੁੱਤਿਆਂ ਨੇ ਆਜ਼ਾਦੀ ਮੰਗੀ, ਮੈਂ ਜਲਿਆਂ ਵਾਲੇ ਬਾਗ 'ਚ ਘੇਰ ਕੇ ਗੋਲੀਆਂ ਮਾਰੀਆਂ, ਸਰਕਾਰ ਮੈਨੂੰ ਅਫਗਾਨਿਸਤਾਨ ਭੇਜੇ, ਮੈਂ ਘਰ ਘਰ ਜਲਿਆਂ ਵਾਲੇ ਬਾਗ ਬਣਾ ਕੇ ਰੱਖ ਦਿਆਂਗਾ। ਸਰਦਾਰ ਊਧਮ ਸਿੰਘ ਕਹਿੰਦਾ ਡੋਂਟ ਸਪੀਚ ਯੂ ਬਾਸਟਰਡ, ਆਪਣੀ ਜ਼ੁਬਾਨ ਨੂੰ ਲਗਾਮ ਦੇ, ਤੂੰ ਜਲਿਆਂ ਵਾਲੇ ਬਾਗ 'ਚ ਘੇਰ ਕੇ ਗੋਲੀਆਂ ਮਾਰੀਆਂ, ਆ ਵੇਖ ਉਹਨਾਂ ਸ਼ਹੀਦਾਂ ਦਾ ਬਦਲਾ ਲੈਣ ਲੱਗਾ ਹਾਂ। ਮਰਦ ਨੇ ਕੱਢ ਕੇ ਜੇਬ 'ਚੋਂ ਰਿਵਾਲਵਰ ਕਰਕੇ ਸਿੱਧਾ ਪਾ ਕੇ ਮੱਥੇ ਤੇ ਗੈਰਤ ਦੀ ਤਿਉੜੀ ਲਿਆ ਕੇ ਅੱਖਾਂ ਵਿੱਚ ਲਾ ਲਈ। ਸਰ ਮਾਈਕਲ ਡਵੈਰ ਦੀ ਹਿੱਕ ਵਿੱਚ ਗੋਲੀਆਂ, ਸਾਹਮਣੇ ਜੋ ਉਸ ਦਾ ਸ਼ਿਕਾਰ।
काड़ कर छाती बेच मारियां काड़ काड़ कर छाती बेच मारियां मैं पिटियां तो हथड़ा मां नेड़े आवे ना को डरदा शेर दे नेड़े आवे ना को डरदा शेर दे उची उची जड़ा रहा भबकार बदला वलैत विच पहुंच के लिया बदला वलैत विच पहुंच के गुंदे ढाडी निर्दोष ओ दीवार याद रहिंदियां रहिंदियां उधम सिंघा तेरियां हां जी हां वारतियां जां सरदार उधम सिंह ने अपना शिकार सरदार उधम सिंह ने अपना शिकार ऐन भरी महफिल विच मारिया ते पूरी दुनिया नूं दस दिता पंजाबियों वर्गा सेवादार कोई नहीं पंजाबियों वर्गा प्यारा कोई नहीं पंजाबियों वर्गी मुहब्बत कोई नहीं कर सकता इन्हां वर्गे लंगर कोई नहीं ला सकता इन्हां वर्गा शहीद दुनिया ते कोई नहीं पर जदों खून दा बदला खून दे नाल लैण दी गल आउंदी है ते उदों पंजाबी दुनिया दा एक वखरा रूप लैके आउंदा है उह बदला लैंदा है उहदे कोलों जिन्ने धक्का कीता हुंदा है इह वी इक तरीका बदला लैण दा बदला इह नहीं हुंदा ਕਿ ਫਲਾਣੇ ਨੇ ਮੇਰੇ ਨਾਲ ਧੱਕਾ ਕੀਤਾ ਅਤੇ ਮੈਂ ਉਹਦਾ ਬਦਲਾ ਉਹਦੇ ਬੱਚਿਆਂ ਦੇ ਕੋਲੋਂ ਅਤੇ ਉਹਦੇ ਪਰਿਵਾਰ ਕੋਲੋਂ ਲਵਾਂ ਦੁਨੀਆਂ ਦੀਆਂ ਕੌਮਾਂ ਦਾ ਇਤਿਹਾਸ ਭਰਿਆ ਪਿਆ ਹੈ ਬਦਲੇ ਲਏ ਗਏ ਨੇ ਕੌਮਾਂ 'ਚ ਪਰ ਬੱਚਿਆਂ ਦੇ ਕੋਲੋਂ ਲਏ ਗਏ ਨੇ ਭਾਵੇਂ 84 ਦੇ ਵਿੱਚ ਲਿਆ ਗਿਆ ਅਤੇ ਭਾਵੇਂ ਅੱਜ ਤੱਕ ਲਿਆ ਗਿਆ ਪਰ ਸਿੱਖਾਂ ਦਾ ਬਦਲੇ ਲੈਣ ਦਾ ਤਰੀਕਾ ਹੈ ਇਹ ਟੀ ਸੀ ਵਾਲਾ ਬੇਰ ਤੋੜਦੇ ਆ ਜਦੋਂ ਤੋੜਿਆ ਜਾਂਦਾ ਸਿਰੇ ਦੇ ਬੰਦੇ ਕੋਲੋਂ ਬਦਲਾ ਲਓ ਜਿਹਨੇ ਧੱਕਾ ਕੀਤਾ ਸਿਰਫ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਮਾਈਕਲ ਉਡਵਾਇਰ ਮਾਰਿਆ ਗਿਆ ਮਰਦ ਗ੍ਰਿਫਤਾਰ ਕੀਤਾ ਗਿਆ ਮੁਕੱਦਮਾ ਚੱਲਿਆ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਇਹ ਸੀ ਉਸ ਯੋਧੇ ਦੀ ਦਾਸਤਾਂ ਜੋ ਆਪ ਗੁਰੂ ਕੀ ਸੰਗਤ ਨੇ ਬਹੁਤ ਥੋੜ੍ਹੇ ਸਮੇਂ ਅੰਦਰ ਅਤੇ ਥੋੜ੍ਹੇ ਲਫਜ਼ਾਂ ਅੰਦਰ ਉਹਨੂੰ ਮੈਂ ਸਮੇਟਣ ਦੀ ਬੜੀ ਕੋਸ਼ਿਸ਼ ਕੀਤੀ ਹੈ ਅਨੇਕਾਂ ਗਲਤੀਆਂ ਕਰ ਗਿਆ ਹੋਊਂਗਾ ਗੁਰੂ ਕੀ ਸੰਗਤ ਬਖਸ਼ਣ ਜੋਗੇ ਗੁਰੂ ਦਾ ਪਰਿਵਾਰ ਬਖਸ਼ਣ ਜੋਗੇ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਆ ਲਾਈਵ ਕਰਨ ਵਾਲੇ ਵੀਰ ਬੜੇ ਸਤਿਕਾਰਯੋਗ ਨੇ ਵਿਰਾਸਤ ਟੀਵੀ ਚੈਨਲ ਇਹਨਾਂ ਵੀਰਾਂ ਨੇ ਬੜੀਆਂ ਵੱਡੀਆਂ ਸੇਵਾਵਾਂ ਪਰਸੋਂ ਦੇ ਰੋਜ਼ ਤੋਂ ਨਿਭਾਈਆਂ ਨੇ ਜਿੱਥੇ ਕਿਤੇ ਵੀ ਤੁਸੀਂ ਸੇਵਾਵਾਂ ਕਰ ਰਹੇ ਹੋ ਚਾਹੇ ਉਹ ਜੋੜਾ ਘਰ ਦੇ ਵਿੱਚ ਚਾਹੇ ਉਹ ਲੰਗਰ ਦੇ ਵਿੱਚ ਚਾਹੇ ਉਹ ਸਟੈਂਡ ਦੇ ਉੱਤੇ ਜਿੱਥੇ ਕਿਤੇ ਵੀ ਤੁਸੀਂ ਜਿਹੜੀ ਵੀ ਸੇਵਾ ਕਰ ਰਹੇ ਹੋ ਗੁਰੂ ਪਾਤਸ਼ਾਹ ਤੁਹਾਡੀਆਂ ਸੇਵਾਵਾਂ ਥਾਂ ਪਾਉਣ ਅਤੇ ਸੇਵਾ ਦੇ ਨਾਲੋਂ ਜਿਨ੍ਹਾਂ ਨੇ ਇੱਥੇ ਬਹਿ ਕੇ ਹਾਜ਼ਰੀਆਂ ਭਰੀਆਂ ਨੇ ਇਹ ਵੀ ਇੱਕ ਬੜੀ ਵੱਡੀ ਸੇਵਾ ਹੈ ਤੁਹਾ ਗੁਰੂ ਪਾਤਸ਼ਾਹ ਤੁਹਾਡੀਆਂ ਵੀ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਇਹ ਜਥਾ ਤੁਹਾਡਾ ਹੈ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜਖੇੜੀ ਜ਼ਿਲ੍ਹਾ ਅੰਮ੍ਰਿਤਸਰ ਹਜ਼ੂਰੀ ਢਾਡੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਓਂਕਾਰ ਸਿੰਘ ਗਹਿਰੀ ਢਾਡੀ ਭਾਈ ਬਿਕਰਮਜੀਤ ਸਿੰਘ ਲਾਲੂ ਘੁੰਮਣ ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਸਾਂ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ